ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਤੋਂ ਮੁੱਖ ਮੰਤਰੀ ਦੇਖੋ ਹੁਣ ਅਰਵਿੰਦ ਕੇਜਰੀਵਾਲ ਬੀਤੇ ਦਿਨ ਜਦੋਂ ਗ੍ਰਿਫਤਾਰ ਹੋਏ ਤਾਂ ਇਹ ਬਹੁਤ ਵੱਡੀ ਖਬਰ ਇੰਟਰਨੈਸ਼ਨਲ ਲੈਵਲ ਤੱਕ ਬਣੀ। ਹੁਣ ਖਬਰਾਂ ਇਹ ਆ ਰਹੀਆਂ ਨੇ ਜਾਂ ਕੀ ਇਹ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਦੋ ਹੋਰ ਮੰਤਰੀ ਗ੍ਰਿਫਤਾਰ ਹੋ ਸਕਦੇ ਨੇ ਜੀ? ਹਾਂ ਬਿਲਕੁਲ ਜੀ, ਇਹ ਸਹੀ ਕਨਸੋਹਾਂ ਨੇ ਔਰ ਉਹਦਾ ਇਸ਼ਾਰਾ ਅੱਜ ਦੀ ਸਾਰੀ ਸਮੁੱਚੀ ਕਾਰਵਾਈ ਚੋਂ ਹੀ ਨਿਕਲ ਕੇ ਆਇਆ। ਅੱਜ ਈਡੀ ਦਾ ਜਿਹੜਾ ਰਿਮਾਂਡ ਸੀਗਾ ਉਹ ਅਰਵਿੰਦ ਕੇਜਰੀਵਾਲ ਨੂੰ ਲਿਆ ਹੋਇਆ ਜਿਹੜਾ ਰਿਮਾਂਡ ਤੇ ਉਹ ਖਤਮ ਹੁੰਦਾ ਜੀ, ਤੇ ਈਡੀ ਉਹਨਾਂ ਨੂੰ ਅਦਾਲਤ ਚ ਪੇਸ਼ ਕਰਦੀ ਹੈ ਤੇ ਉੱਥੋਂ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ 15 ਅਪ੍ਰੈਲ ਤੱਕ ਮਤਲਬ 14 ਦਿਨਾਂ ਲਈ ਭੇਜ ਦਿੱਤਾ ਜਾਂਦਾ ਜੀ। ਪਰ ਇਹ ਸਾਰੀ ਕਾਰਵਾਈ ਦੇ ਵਿੱਚ ਈਡੀ ਵਾਰ ਵਾਰ ਇੱਕ ਗੱਲ ਅਦਾਲਤ ਦੇ ਵਿੱਚ ਆਖਦੀ ਹੈ ਕਿ ਜੀ ਸਾਨੂੰ ਸਹਿਯੋਗ ਨਹੀਂ ਕਰ ਰਹੇ ਜਾਂਚ ਚ, ਪੁੱਛ ਪੜਤਾਲ ਚ ਸਹਿਯੋਗ ਨਹੀਂ ਕਰ ਰਹੇ ਹੈ, ਸੋ ਅਸੀਂ ਇਹਨਾਂ ਦੇ ਫੋਨ ਦਾ ਅਜੇ ਤੱਕ ਪਾਸਵਰਡ ਨਹੀਂ ਪਤਾ, ਅਸੀਂ ਐਪਲ ਤੱਕ ਅਪਰੋਚ ਕੀਤੀ ਹੈ। ਮੈਂ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਜਦੋਂ 21 ਮਾਰਚ ਨੂੰ ਇਹਨਾਂ ਦੇ ਘਰੇ ਰੇਡ ਪੈਂਦੀ ਆ ਤੇ ਉਸ ਦਿਨ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਈਡੀ ਦਾਅਵਾ ਕਰਦੀ ਹੈ ਕਿ ਅਸੀਂ ਇਹਨਾਂ ਦੇ ਘਰੋਂ 4 ਡਿਵਾਈਸ ਬਰਾਮਦ ਕੀਤੇ ਨੇ ਨਾਲ ਜੀ, ਤੇ ਉਹ 4 ਡਿਵਾਈਸ ਚੋਂ ਅਜੇ ਡਾਟਾ ਰਿਕਵਰ ਕਰਨਾ ਹੈ। ਉਸ ਤੋਂ ਬਿਨਾਂ ਉਹ ਕਹਿੰਦੇ ਸੁਨੀਤਾ ਕੇਜਰੀਵਾਲ ਦੇ ਮੋਬਾਈਲ ਚੋਂ ਡਾਟਾ ਰਿਕਵਰ ਕਰਨਾ ਹੈ, ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦੇ ਮੋਬਾਈਲ ਚੋਂ ਡਾਟਾ ਰਿਕਵਰ ਕਰਨਾ ਤੇ ਉਹਦੇ ਲਈ ਪਾਸਵਰਡ ਨਹੀਂ ਦੱਸ ਰਹੇ, ਕਹਿੰਦੇ ਜੀ ਵਕੀਲਾਂ ਨਾਲ ਸਲਾਹ ਕਰੂੰਗਾ ਕਿ ਅਸੀਂ ਕੰਪਨੀ ਤੱਕ ਅਪਰੋਚ ਕੀਤੀ ਹੈ। ਸੋ ਇਹ ਸਾਰੇ ਦੇ ਵਿਚਾਲੇ ਇੱਕ ਪਹਿਲੂ ਆਉਂਦਾ ਹੈ, ਉਹ ਬਕਾਇਦਾ ਤੌਰ ਤੇ ਵਿਜੇ ਨਾਇਰ ਦੇ ਹਵਾਲੇ ਨਾਲ ਆਉਂਦਾ ਜੀ, ਕਿ ਵਿਜੇ ਨਾਇਰ ਜਿਹੜਾ ਮੁੱਖ ਕੜੀ ਹੈ ਇਸ ਦਿੱਲੀ ਸ਼ਰਾਬ ਘੁਟਾਲੇ ਦੀ ਔਰ ਇਸ ਮਾਮਲੇ ਦੇ ਵਿੱਚ ਉਹ ਆਰੋਪੀ ਨੰਬਰ 5 ਬਣਾਇਆ ਗਿਆ, ਪਰ ਗ੍ਰਿਫਤਾਰੀ ਉਹਦੀ ਸਭ ਤੋਂ ਪਹਿਲਾਂ ਹੁੰਦੀ ਹੈ ਜੀ। ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਜੇਕਰ ਈਡੀ ਨੇ ਸਭ ਤੋਂ ਪਹਿਲੀ ਕੋਈ ਗ੍ਰਿਫਤਾਰੀ ਕੀਤੀ ਸੀ ਉਹ ਵਿਜੇ ਨਾਇਰ ਦੀ ਸੀ। ਸੋ ਵਿਜੇ ਨਾਇਰ ਦੇ ਹਵਾਲੇ ਨਾਲ ਜਦੋਂ ਈਡੀ ਕਹਿੰਦੀ ਹੈ ਕਿ ਜੀ ਅਸੀਂ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਉਹ ਤੁਹਾਨੂੰ ਕੀ ਰਿਪੋਰਟ ਕਰਦੇ ਸੀ, ਕਦੋਂ ਰਿਪੋਰਟ ਕਰਦੇ ਸੀ, ਕਿਵੇਂ ਕਰਦੇ ਸੀ, ਤਾਂ ਕਹਿੰਦੇ ਅਰਵਿੰਦ, ਇਹ ਈਡੀ ਦਾਅਵਾ ਕਰ ਰਹੀ ਹੈ ਅਦਾਲਤ ਦੇ ਵਿੱਚ ਜੀ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਜੀ ਉਹ ਮੈਨੂੰ ਰਿਪੋਰਟ ਨਹੀਂ ਕਰਦੇ ਸੀ, ਉਹ ਬਕਾਇਦਾ ਤੌਰ ਤੇ ਸੌਰਵ ਭਾਰਦਵਾਜ ਤੇ ਆਤਸ਼ੀ ਨੂੰ ਰਿਪੋਰਟ ਕਰਦੇ ਸੀ। ਜਦੋਂ ਈਡੀ ਨੇ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਗੱਲ ਕਹੀ ਕਿ ਅਰਵਿੰਦ ਕੇਜਰੀਵਾਲ ਇਹ ਕਹਿੰਦਾ ਕਿ ਉਹ ਸੌਰਵ ਭਾਰਦਵਾਜ ਤੇ ਆਤਸ਼ੀ ਨੂੰ ਰਿਪੋਰਟ ਕਰਦੇ ਸੀ ਵਿਜੇ ਨਾਇਰ ਹੋਰੀ, ਤਦ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਦਾ ਖੰਡਨ ਨਹੀਂ ਕੀਤਾ ਜੀ, ਤੇ ਇਸ ਗੱਲ ਨੇ ਇੱਕ ਪਹਿਲੂ ਸਪਸ਼ਟ ਲਿਆ ਤਾ। ਤੁਸੀਂ ਹੁਣ ਤੱਕ ਦੇਖੋ ਕਿ ਅਰਵਿੰਦ ਕੇਜਰੀਵਾਲ ਬਾਰ ਬਾਰ ਇਹ ਕਹਿੰਦੇ ਰਹੇ ਨੇ ਕਿ ਮੈਨੂੰ ਗ੍ਰਿਫਤਾਰ ਕਿਸ ਆਧਾਰ ਤੇ ਕੀਤਾ, ਕਿ ਮੈਨੂੰ ਦੋਸ਼ੀ ਬਣਾ ਰਹੇ ਹੋ, ਕਿ ਮੈਨੂੰ ਗਵਾਹ ਬਣਾ ਰਹੇ ਹੋ, ਮੈਨੂੰ ਕਿਉਂ ਸੰਮਣ ਭੇਜ ਰਹੇ ਹੋ ਇੱਕ ਬੰਦੇ ਦੇ ਬਿਆਨ ਤੇ। ਜੇ ਬੰਦੇ ਦੇ ਬਿਆਨ ਤੇ ਹੀ ਹੈ ਫਿਰ ਈਡੀ ਤਾਂ ਇੱਕ ਬਿਆਨ ਹੋਰ ਲਈ ਬੈਠੀ ਹੁਣ ਅਰਵਿੰਦ ਕੇਜਰੀਵਾਲ ਦਾ ਕਿ ਭਾਈ ਇਹ ਤਾਂ ਦੋ ਮੰਤਰੀਆਂ ਦੇ ਨਾਂ ਬੋਲਦਾ ਜੀ 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 ਜੀ। ਇਹਦਾ ਮਤਲਬ ਉਸ ਕੜੀ ਚ ਫਿਰ ਇਹ ਖਦਸਾ ਪੈਦਾ ਹੋ ਗਿਆ ਕਿ ਹੁਣ ਸੌਰਵ ਭਾਰਦਵਾਜ ਤੇ ਆਤਸ਼ੀ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਦੇਖੋ ਇਸ ਨੂੰ ਤੁਸੀਂ ਚੋਣ ਪਿੜ ਤੋਂ ਹਟਾ ਕੇ ਨਹੀਂ ਦੇਖ ਸਕਦੇ, ਹਾਂਜੀ ਮੂਹਰੇ ਲੋਕ ਸਭਾ ਚੋਣਾਂ ਨੇ ਤੇ ਸਭ ਨੂੰ ਪਤਾ ਕਿ ਈਡੀ ਆਜ਼ਾਦ ਏਜੰਸੀ ਨਾ ਹੋ ਕੇ ਇੱਕ ਪਾਰਟੀ ਦੀ ਧਿਰ ਬਣ ਕੇ ਵੀ ਕੰਮ ਕਰਦੀ ਹੈ ਔਰ ਉਹਨੂੰ ਮੌਕਾ ਦੇਤਾ ਕਿ ਤੁਸੀਂ ਪਹੁੰਚਾ ਫੜਾਉਣ ਦਾ ਮੌਕਾ ਦਿੱਤਾ ਤਾਂ ਅਗਲੇ ਨੂੰ ਉਂਗਲੀ ਫੜੀ ਨਾ, ਕਿਤੇ ਨਾ ਕਿਤੇ ਗੜਬੜ ਤਾਂ ਹੈ ਕੁਛ, ਕਣ ਤਾਂ ਕਿਤੇ ਖੁੱਲੇ ਆ। ਤੁਸੀਂ ਹੁਣ ਮੋਬਾਈਲ ਦਾ ਪਾਸਵਰਡ ਨਹੀਂ ਦੱਸ ਰਹੇ ਪਰ ਸ਼ਰਾਬ ਦੀ ਪਾਲਿਸੀ ਦਾ ਪਾਸਵਰਡ ਤਾਂ ਅਗਲੇ ਨੂੰ ਪਤਾ ਲੱਗ ਗਿਆ ਨਾ ਤੁਹਾਡਾ, ਅਗਲੇ ਨੇ ਬੋਤਲ ਦਾ ਢੱਕਣ ਖੋਲ ਲਿਆ ਤੇ ਉਸ ਮਾਮਲੇ ਦੇ ਵਿੱਚ ਹੁਣ ਘਿਰ ਗਏ ਨੇ। ਔਰ ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਹੁਣ ਮਨ ਚ ਇਹ ਆਉਂਦਾ ਕਿ ਵਿਜੇ ਨਾਇਰ ਆਖਰ ਹੈ ਕੌਣ। ਹਾਂਜੀ ਵਿਜੇ ਨਾਇਰ ਮੁੰਬਈ ਨਾਲ ਸੰਬੰਧਿਤ ਹੈ, ਇੱਕ ਕੰਪਨੀ ਚਲਾਉਂਦਾ ਜਿਹੜੀ ਪ੍ਰਚਾਰ ਈਵੈਂਟ ਮੈਨੇਜਮੈਂਟ ਕੰਪਨੀ ਹੈ ਇੱਕ ਤਰ੍ਹਾਂ ਦੀ, ਔਰ ਇਹ ਮੀਡੀਆ ਮੈਨੇਜਮੈਂਟ ਵੀ ਕਰਦੀ ਹੈ, ਇਹ ਈਵੈਂਟ ਮੈਨੇਜਮੈਂਟ ਵੀ ਕਰਦੀ ਹੈ ਔਰ ਉਹਨੂੰ ਰਨ ਕਰਦੇ ਸੀਗੇ। ਇਸ ਕੰਪਨੀ ਦਾ ਨਾਂ ਇਹਨਾਂ ਨੇ ਰੱਖਿਆ ਓਨਲੀ ਮੱਚ ਲਾਊਡਰ OML, ਓਕੇ ਉਹਦੇ CEO ਰਹੇ ਨੇ ਇੱਕ ਸਰਕਾਰੀ ਮੰਤਰੀ ਦੀ ਕੋਠੀ ਚ ਰਿਹਾਇਸ਼ ਮਿਲੀ ਹੋਈ ਸੀ ਤੇ ਅਰਵਿੰਦ ਕੇਜਰੀਵਾਲ ਦੀ ਟੀਮ ਦਾ ਹਿੱਸਾ ਸੀ। ਸੋ ਜਿਹੜਾ 100 ਕਰੋੜ ਵਾਲਾ ਮਸਲਾ ਹੈ, 100 ਕਰੋੜ
ਕਰਵਾਇਆ ਕਿ ਕਵਿਤਾ ਜੀ ਆਹ ਮਸਲਾ ਜੀ 5% ਤੋਂ 12% ਜੀ ਗੋਆ ਚੋਣਾਂ ਜੀ ਉਹ ਸਾਰਿਆਂ ਦੇ ਵਿੱਚ ਕਹਿੰਦੇ ਜੀ ਕੜੀ ਵਿਜੇ ਨਾਇਰ ਹੈ। ਸੋ ਜੇ ਹੁਣ ਅਰਵਿੰਦ ਕੇਜਰੀਵਾਲ ਦੇ ਬਿਆਨ ਦੇ ਆਧਾਰ ਤੇ ਈਡੀ ਇਸ ਪਹਿਲੂ ਤੇ ਆ ਗਈ ਆ, ਇਹਦਾ ਮਤਲਬ ਹੁਣ ਸੌਰਵ ਭਾਰਦਵਾਜ ਦੀਆਂ ਔਰ ਆਤਿਸ਼ੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ। ਔਰ ਜਿੱਥੋਂ ਤੱਕ ਅਰਵਿੰਦ ਕੇਜਰੀਵਾਲ ਆ ਉਹਦੀ ਮੁਸ਼ਕਲ ਤਾਂ ਹੁਣ ਸਪਸ਼ਟ ਹੈ ਕਿ ਜਿਵੇਂ 15 ਤਰੀਕ ਤੱਕ ਮਤਲਬ 14 ਦਿਨਾਂ ਦੇ ਰਿਮਾਂਡ ਤੇ ਗਏ ਨੇ ਤੇ ਤਿਹਾੜ ਜੇਲ੍ਹ ਪਹੁੰਚ ਗਏ, ਉਸ ਕੇਸ ਠੱਗ ਕਹਿੰਦਾ ਤਿਹਾੜ ਕਲੱਬ 'ਚ ਤੁਹਾਡਾ ਸਵਾਗਤ ਹੈ ਜਨਾਬ। ਤੇ ਇਸ ਪਹਿਲੂ ਨੂੰ ਤੋਂ ਮੈਂ ਦੱਸਾਂ ਕਿ ਇਸ ਤੋਂ ਪਹਿਲਾਂ 4 ਸਾਥੀ ਅੰਦਰ ਨੇ ਅਰਵਿੰਦ ਕੇਜਰੀਵਾਲ ਦੇ ਇਸ ਤਿਹਾੜ ਜੇਲ੍ਹ 'ਚ। ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਦੇ ਵਿੱਚ ਜੇਲ੍ਹ ਨੰਬਰ 2 'ਚ ਰਹਿਣਗੇ ਤੇ ਬੈਰਕ 'ਚ ਇਕੱਲੇ ਰਹਿਣਗੇ। ਪਰ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਜੇਲ੍ਹ ਨੰਬਰ 1 'ਚ ਨੇ, ਫਿਰ ਅਰਵਿੰਦ ਕੇਜਰੀਵਾਲ ਤਿਹਾੜ ਦੀ ਜੇਲ੍ਹ ਨੰਬਰ 2 'ਚ ਨੇ, ਸੰਜੇ ਸਿੰਘ ਜੇਲ੍ਹ ਨੰਬਰ 5 'ਚ ਨੇ, ਇਸੇ ਤਰ੍ਹਾਂ ਕੇ ਕਵਿਤਾ ਜੇਲ੍ਹ ਨੰਬਰ 6 'ਚ ਨੇ ਤੇ ਸਤਿੰਦਰ ਜੈਨ ਹੋਰੀ ਜੇਲ੍ਹ ਨੰਬਰ 7 'ਚ ਨੇ। ਤੇ ਅਰਵਿੰਦ ਕੇਜਰੀਵਾਲ ਨੇ ਕਹਿੰਦੇ 3 ਕਿਤਾਬਾਂ ਦੀ ਮੰਗ ਕੀਤੀ ਹੈ ਜਿਹਨਾਂ 'ਚੋਂ 2 ਧਾਰਮਿਕ ਗ੍ਰੰਥ ਨੇ, ਭਗਵਤ ਗੀਤਾ ਤੇ ਰਮਾਇਣ, ਤੇ ਨਾਲ ਉਹਨਾਂ ਨੇ ਉਹਦੀ ਨੀਰਜ ਚੋਪੜਾ ਦੀ ਕਿਤਾਬ ਹੈ ਜਿਹੜੀ ਹੈ ਨਾ ਉਹਦੀ ਮੰਗ ਕੀਤੀ ਹੈ ਕਿ ਸਾਨੂੰ ਉਹ ਵੀ ਉਪਲਬਧ ਕਰਾਈ ਜਾਵੇ ਮੈਨੂੰ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਤੇ ਉਹਨਾਂ ਨੂੰ ਬਕਾਇਦਾ ਚਾਰਟ ਮਿਲ ਗਿਆ ਅੱਜ ਜੇਲ੍ਹ ਪਹੁੰਚਦਿਆਂ ਹੀ ਕਿ ਜਿੱਦਾਂ ਹੀ ਅਰਵਿੰਦ ਕੇਜਰੀਵਾਲ ਗਏ ਕਿ ਤੁਹਾਨੂੰ ਟੀਵੀ ਦੀ ਸਹੂਲਤ ਮਿਲੂਗੀ ਜੀ, ਜੀ 20 ਚੈਨਲ ਦੇਖ ਸਕਦੇ ਹੋ, ਉਹ 'ਚ ਨਿਊਜ਼ ਚੈਨਲ ਹੋਣਗੇ, ਇੰਟਰਟੇਨਮੈਂਟ ਚੈਨਲ ਹੋਣਗੇ ਜਾਂ ਕੁਝ ਹੋਰ ਚੈਨਲ ਹੋਣਗੇ, ਤੁਸੀਂ 24 ਘੰਟੇ ਡਾਕਟਰੀ ਟੀਮ ਦੀ ਨਜ਼ਰ 'ਚ ਰਹੋਗੇ ਕਿਉਂਕਿ ਕਹਿੰਦੇ ਸ਼ੂਗਰ ਹੈ ਜੀ, ਇਸ ਲਈ ਉਹਨਾਂ ਦੀ ਚੈੱਕਅਪ ਕਿਸੇ ਵੀ ਸਮੇਂ ਲੋੜ ਪੈ ਸਕਦੀ ਹੈ। ਤੇ ਪਰ ਸਵੇਰੇ ਤੁਹਾਨੂੰ 1 ਵਾਰ ਉੱਠਣਾ ਹੀ ਪਊਗਾ 6:30 ਤੇ ਉੱਠਣ ਦੇ ਤਾਂ ਤੁਹਾਨੂੰ ਚਾਹ ਦੇ ਨਾਲ ਕਹਿੰਦੇ 2 ਬ੍ਰੈਡ ਵਗੈਰਾ ਜਾਂ ਮੰਨ ਲਓ ਹੈ ਨਾ ਰਸ ਵਗੈਰਾ ਉਹ ਮਿਲਣਗੇ। ਫਿਰ 11:00 ਦਾਲ ਰੋਟੀ ਸਬਜ਼ੀ ਤੇ 5 ਰੋਟੀਆਂ ਨਾਲ ਚੌਲ ਇਹ ਲੰਚ ਟਾਈਪ ਦੇ ਰੂਪ 'ਚ ਮਿਲੇਗਾ। 3:00 ਫਿਰ ਬੈਰਕ ਦੇ ਵਿੱਚੋਂ ਸੀ, 3:00 ਤੱਕ ਬੈਰਕ ਤੋਂ ਬਾਹਰ ਨਹੀਂ ਆ ਸਕਦੇ, ਉਹ ਤੋਂ ਬਾਅਦ ਹੀ ਤੁਸੀਂ ਬਾਹਰ ਆ ਸਕਦੇ ਹੋ। 3:30 ਵਕੀਲਾਂ ਨੂੰ ਮਿਲ ਸਕਦੇ ਅਰਵਿੰਦ ਕੇਜਰੀਵਾਲ, ਫਿਰ 4:00 ਤੋਂ ਬਾਅਦ ਫਿਰ ਇਹਨਾਂ ਨੂੰ 4:30-5:00 ਇੱਕ ਵਾਰ ਫਿਰ ਉਹੀ ਸਵੇਰ ਮੰਗ ਦਾਲ ਰੋਟੀ ਵਗੈਰਾ ਮਿਲਣੀ ਹੈ। ਸੋ ਇਹਨਾਂ ਨੂੰ ਸ਼ਡਿਊਲ ਵੀ ਮਿਲ ਗਿਆ ਜੀ। ਤੇ ਪਰ ਅਰਵਿੰਦ ਕੇਜਰੀਵਾਲ ਦੇ ਜਾਣ ਦਾ ਜਿਹਨਾਂ ਨੂੰ ਫਿਕਰ ਸੀ, ਆਤਸ਼ੀ ਔਰ ਸੌਰਵ ਭਾਰਦਵਾਜ ਦਿੱਲੀ ਦੇ ਵਿੱਚ ਇਹਨਾਂ ਦੀ ਟੀਮ ਦੇ ਮੁਖੀ ਬਣ ਕੇ ਕੰਮ ਕਰ ਰਹੇ ਸੀ, ਹੁਣ ਉਹਨਾਂ ਤੇ ਵੀ ਤਲਵਾਰ ਲਟਕ ਗਈ ਹੈ ਕਿ ਈਡੀ ਨੇ ਇੱਕ ਦਾਅ ਖੇਡਿਆ। ਇਹ ਭਾਜਪਾ ਦਾ ਦਾਅ ਹੈ ਕਿ ਅਰਵਿੰਦ ਕੇਜਰੀਵਾਲ ਦੇ ਮੂੰਹ ਤੋਂ ਕਹਾ ਕਿ ਇਹਨਾਂ ਦੀ ਟੀਮ ਨੂੰ ਪਾੜ ਦਿਓ। ਆਤਸ਼ੀ ਕਹਿੰਦੀ ਹੈ ਕਿ ਸਵੇਰ ਨੂੰ ਮੈਂ ਇੱਕ ਵੱਡੇ ਖੁਲਾਸੇ ਕਰੂੰਗੀ। ਪਰ ਹੁਣ ਆਮ ਆਦਮੀ ਪਾਰਟੀ ਦੀਆਂ ਵੀ ਔਰ ਸਰਕਾਰ ਦੀਆਂ ਵੀ ਔਰ ਮੁੱਖ ਮੰਤਰੀ ਸਾਹਿਬ ਕਹਿੰਦੇ ਜੇਲ੍ਹ ਚੋਂ ਮੁੱਖ ਮੰਤਰੀ ਬਣ ਚਲਾਉਣਾ, ਉਹਨਾਂ ਦੀਆਂ ਵੀ ਮੁਸ਼ਕਲਾਂ ਹੋਰ ਵਧੀਆਂ ਨੇ। ਮੈਂ ਤੁਹਾਨੂੰ ਪੁੱਛਣ ਹੀ ਵਾਲਾ ਸੀ ਜੀ ਕਿ ਪਿਛਲੇ ਹਫ਼ਤੇ ਇਹ ਗੱਲ ਚੱਲਦੀ ਸੀ ਵੀ ਹੁਣ ਸਰਕਾਰ ਚੱਲ ਕਿਵੇਂ ਰਹੀ ਹੈ, ਜਾਂ ਜੇ ਸਰਕਾਰ ਅਰਵਿੰਦ ਕੇਜਰੀਵਾਲ ਨੇ ਕਿ ਜੇਲ੍ਹ ਦੇ ਵਿੱਚੋਂ ਕੋਈ ਆਰਡਰ ਜਾਰੀ ਕੀਤੇ ਸੀ ਜਦੋਂ ਈਡੀ ਨੇ ਕਿਹਾ ਸੀ ਵੀ ਉੱਥੇ ਤਾਂ ਕੋਈ ਸਟੇਸ਼ਨਰੀ ਵਗੈਰਾ ਜਾ ਹੀ ਨਹੀਂ ਸਕਦੀ, ਉਹਦੇ ਵਿੱਚ ਕੀ ਡਿਵੈਲਪਮੈਂਟ ਹੈ ਜੀ, ਹੁਣ ਸਰਕਾਰ ਦੀ ਵਾਗਡੋਰ ਇਸ ਵੇਲੇ ਕਿਹਦੇ ਹੱਥ 'ਚ ਆ? ਵਿਜੇ ਜੀ, ਅੱਜ 2 ਪਟੀਸ਼ਨਾਂ ਤੇ ਸੁਣਵਾਈ ਸੀ, 2 ਮਾਮਲਿਆਂ 'ਚ ਸੁਣਵਾਈ ਸੀ। ਪਹਿਲੀ ਸੁਣਵਾਈ ਜਿਹਦੇ ਆਪਾਂ ਜ਼ਿਕਰ ਕਰਕੇ ਹਟਿਆਂ ਕਿ ਉਹਨਾਂ ਦੇ ਰਿਮਾਂਡ ਨੂੰ ਲੈ ਕੇ ਸੀ, ਜਿਹੜੀ ਹੁਣ ਜੁਡੀਸ਼ੀਅਲ ਹਿਰਾਸਤ 'ਚ ਬਦਲ ਗਿਆ ਜੀ। ਦੂਸਰੀ, ਇੱਕ ਧਿਰ ਨੇ ਫਿਰ ਪਟੀਸ਼ਨ ਪਾਈ ਸੀ ਇਸੇ ਪਹਿਲੂ ਲੈ ਕੇ ਕਿ ਜੇਲ੍ਹ ਦੇ ਅੰਦਰੋਂ ਹੁਕਮ ਕਿਵੇਂ ਦੇ ਰਿਹਾ ਜੀ, ਜੇਲ੍ਹ ਦੇ ਅੰਦਰੋਂ ਹੁਕਮ ਨਹੀਂ ਦੇ ਸਕਦੇ। ਸੋ ਉਸ ਪਟੀਸ਼ਨ ਨੂੰ ਖਾਰਜ ਕੀਤਾ ਮਾਣਯੋਗ ਅਦਾਲਤ ਨੇ ਕਿ ਪਟੀਸ਼ਨ ਦਾ ਕੋਈ ਬੇਸ ਨਹੀਂ ਬਣਦਾ। ਤੇ ਉਹਨੂੰ ਖਾਰਜ ਕਰਨ ਦਾ ਮਤਲਬ ਇਹ ਨਹੀਂ ਗਾ ਕਿ ਅਰਵਿੰਦ ਕੇਜਰੀਵਾਲ ਨੂੰ ਅਧਿਕਾਰ ਮਿਲ ਗਿਆ ਕੋਈ ਹੁਕਮ ਦੇ ਸਕਦੇ ਆ, ਉਹ ਕਹਿੰਦੇ ਏਦਾਂ ਹੋ ਹੀ ਨਹੀਂ ਸਕਦਾ। ਜੇ ਹੋਊਗਾ ਤਾਂ ਆਪਣੇ ਆਪ ਕਾਨੂੰਨ ਦੀ ਪ੍ਰਕਿਰਿਆ ਤਹਿਤ ਉਹਦੇ ਪਰ ਨਜ਼ਰ ਹੋਏਗੀ ਉਹਨਾਂ ਧਿਰਾਂ ਦੀ, ਈਡੀ ਦੀ, ਸਾਰੇ ਪ੍ਰੋਸੈਸ ਦੀ, ਜੇਲ੍ਹ ਪ੍ਰਸ਼ਾਸਨ ਦੀ, ਕਿਉਂਕਿ ਨਾ ਅਗਲੇ ਕਹਿੰਦੇ ਅਗਲੇ ਕੋਲ ਮੋਬਾਈਲ ਦਿੱਤਾ, ਨਾ ਲੈਪਟਾਪ ਦਿੱਤਾ, ਨਾ ਫੋਨ ਦਿੱਤਾ, ਨਾ ਪੈਨ ਦਿੱਤਾ, ਨਾ ਕਿਤਾਬ ਦਿੱਤੀ, ਨਾ ਪੈਡ ਦਿੱਤਾ, ਨਾ ਗੱਤਾ ਦਿੱਤਾ। ਸੋ ਇਸ ਲਈ ਆਰਡਰ ਕਿੱਥੋਂ ਆ ਰਿਹਾ? ਉਸ ਸਮੇਂ ਘਰੋਂ ਰੋਟੀ ਆਉਂਦੀ ਸੀ ਕਿ ਸੁਨੀਤਾ ਕੇਜਰੀਵਾਲ ਦੇ ਡੱਬੇ 'ਚ ਰੱਖ ਕੇ ਆਰਡਰ ਜਾ ਰਹੇ ਸੀ, ਹੈ ਈਡੀ ਪੁੱਛ ਗਿੱਛ ਲਈ ਆਉਂਦੀ ਸੀ ਕਿ ਈਡੀਓ ਲੈ ਜਾਂਦੀ ਸੀ, ਵਕੀਲ ਮਿਲਣ ਆਉਂਦੇ ਸੀ। ਸੋ ਇਸ ਲਈ ਜਿਵੇਂ ਦਿਖਾਏ ਗਏ ਕਿ 2 ਆਰਡਰ ਆ ਗਏ ਜੀ, ਰੈਲੀ 'ਚ ਦਿਖਾਇਆ ਗਿਆ ਕਿ ਜੀ ਉਹਨੇ ਆ ਨੁਕਤੇ ਭੇਜੇ ਨੇ ਜੀ, ਸੋ ਉਸ ਨੇ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਹੀ ਸਰਕਾਰ ਚਲਾ ਰਹੇ ਨੇ। ਪਰ ਸਹੀ ਮਹੀਨਿਆਂ ਦੇ ਵਿੱਚ ਇੱਕ ਹੋੜ ਲੱਗੀ ਆਮ ਆਦਮੀ ਪਾਰਟੀ 'ਚ,
ਭਗਵੰਤ ਮਾਨ ਕਹਿੰਦੇ ਕਿ ਜੇ ਡੈਪੂਟੇਸ਼ਨ ਤੇ ਦਿੱਲੀ ਤੋਂ ਅਫਸਰ ਆ ਸਕਦੇ ਆ ਪੰਜਾਬ ਤਾਂ ਮੈਂ ਪੰਜਾਬ ਤੋਂ ਦਿੱਲੀ ਸਰਕਾਰ ਚਲਾਉਣ ਕਿਉਂ ਨਹੀਂ ਜਾ ਸਕਦਾ, ਉਹ ਚਾਹੁੰਦੇ ਡੈਪੂਟੇਸ਼ਨ ਦੇ ਵਾਧੂ ਚਾਰਜ ਮੈਨੂੰ ਦੇ ਦਿੱਤਾ ਜਾਵੇ। ਆਤਸ਼ੀ ਕਹਿੰਦੀ ਹੈ ਚਿਹਰਾ ਮੈਂ ਆ ਪਾਰਟੀ ਦਾ, ਮੇਰਾ ਹੱਕ ਬਣਦਾ ਹੈਨਾ। ਸੌਰਵ ਭਾਰਦਵਾਜ ਕਹਿੰਦਾ ਮੈਂ ਪਹਿਲਾਂ ਹੈਗਾ। ਰਾਘਵ ਚੱਡਾ ਮਨ ਚ ਲੱਡੂ ਜ਼ਰੂਰ ਫੁੱਟ ਰਿਹਾ, ਚਾਹੇ ਵਿਦੇਸ਼ ਇਲਾਜ ਕਰਾਉਣ ਦੇ ਬਹਾਨੇ, ਉਹਨੂੰ ਲੱਗਦਾ ਕਿ ਸੀਐਮ ਤਾਂ ਮੈਂ ਹੀ ਹੋਣਾ ਚਾਹੀਦਾ ਸੀ, ਪਰ ਫਿਰ ਗ੍ਰਿਫਤਾਰੀ ਤੋਂ ਡਰ ਵੀ ਲੱਗਦਾ, ਇਸ ਲਈ ਕਹਿੰਦੇ ਦੂਰ ਹੈ ਠੀਕ ਹੈ ਸੱਤ ਸਮੁੰਦਰ ਪਾਰ। ਪਰ ਇਹ ਸਭ ਦੇ ਵਿਚਾਲੇ ਸੰਜੇ ਸਿੰਘ ਤੇ ਮਨੀਸ਼ ਸਿਸੋਦੀਆ ਸੋਚਦੇ ਕਿ ਜੇ ਸਾਨੂੰ ਜਮਾਨਤ ਮਿਲ ਜਾਵੇ ਸ਼ਾਇਦ ਬਾਹਰ ਜਾ ਕੇ ਅਸੀਂ ਸੰਭਾਲ ਲਈਏ ਜੀ। ਪਰ ਉਧਰ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਚਾਹੁੰਦੇ ਕਿ ਮੈਂ ਚਲਾਵਾਂ ਜਾਂ ਸਿੰਗਤਾ ਚਲਾਵੇ। ਸੋ ਇਸ ਲਈ ਇਸ ਨੂੰ ਲੈ ਕੇ ਕਈ ਇੱਕ ਨਾਰਸੋ ਬਿਮਾਰ ਵਾਲੀ ਸਥਿਤੀ ਬਣੀ ਹੋਈ ਆਮ ਆਦਮੀ ਪਾਰਟੀ ਦੀ, ਪਰ ਫਿਲਹਾਲ ਦਿਖਾਇਆ ਇਹ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਹੀ ਸਰਕਾਰ ਦੇ ਮੁਖੀ ਨੇ, ਉਹ ਹੀ ਚਲਾ ਰਹੇ ਨੇ। ਪਰ ਕਿੱਦਾਂ ਚਲਾ ਰਹੇ ਨੇ ਜੇ ਵਿਭਾਗ ਹੀ ਨਹੀਂ ਕੋਈ, ਉਹ ਤਾਂ ਕਹਿੰਦੇ ਮੇਰੇ ਕੋਲ ਵਿਭਾਗ ਹੀ ਨਹੀਂ ਕੋਈ, ਫਿਰ ਅੰਦਰ ਤੇ ਬਾਹਰ 'ਚ ਫਰਕ ਕੀ ਹੈ ਜਨਾਬ। ਸੋ ਇਸ ਲਈ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ, ਔਰ ਕੱਲ੍ਹ ਵਾਲੀ ਰੈਲੀ ਨੇ ਵੀ ਉਹਨਾਂ ਨੂੰ ਕਈ ਸਵਾਲ ਖੜੇ ਕੀਤੇ ਉਹਨਾਂ ਲਈ। ਰੈਲੀ ਦੀ ਗੱਲ ਕਰੀਏ ਜੀ, ਕਾਂਗਰਸ ਵਾਲੇ ਵੀ ਖੁਸ਼ ਨੇ, ਭਾਜਪਾ ਵਾਲੇ ਵੀ ਖੁਸ਼ ਨੇ, ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਕਈ ਮੁਸ਼ਕਲਾਂ ਕੱਲ੍ਹ ਵਾਲੀ ਰੈਲੀ ਨੇ ਆਮ ਆਦਮੀ ਪਾਰਟੀ ਲਈ ਖੜੀਆਂ ਕਰ ਦਿੱਤੀਆਂ, ਆਪ ਵਾਲੇ ਗਮਗੀਨ ਨੇ ਕੱਲ੍ਹ ਵਾਲੀ ਰੈਲੀ ਤੋਂ ਬਾਅਦ। ਇਹ ਬਿਲਕੁਲ ਇਹ ਇੱਕ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਜਿਹੜੀ ਪਾਰਟੀ ਦਾ ਸੁਪਰੀਮੋ ਹਾਂਜੀ ਫੜਿਆ ਗਿਆ ਹੋਵੇ ਔਰ ਉਸ ਪਾਰਟੀ ਨੇ ਉਸਦੇ ਹੱਕ ਦੇ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਹੋਵੇ, ਔਰ ਪਿਛਲੇ ਕਿੰਨੇ ਦਿਨਾਂ ਤੋਂ ਗ੍ਰਿਫਤਾਰੀ ਤੋਂ ਬਾਅਦ ਤੋਂ ਜਦੋਂ ਤਰੀਕ ਤੈਅ ਹੋਈ ਹੈ 31 ਮਾਰਚ ਤੇ ਸਭ ਦੀ ਨਜ਼ਰ ਸੀ ਜੀ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆਪਣੇ ਮੀਡੀਆ ਅਦਾਰਿਆਂ ਦੀਆਂ ਸਮਰਥਕਾਂ ਦੀਆਂ, ਜਿਹੜੇ ਕਿਸੇ ਸਮੇਂ ਸਮਰਥਕ ਰਹੇ ਆਮ ਆਦਮੀ ਪਾਰਟੀ ਦੇ, ਅੱਡੀਆਂ ਚੱਕ ਕੇ ਜਿਹਨਾਂ ਨੇ ਵਿਚਾਰਿਆਂ ਨੇ ਜ਼ੋਰ ਲਾਇਆ, ਆਪਣੇ ਝੋਲੇ ਭਰ ਭਰ ਡਾਲਰ ਵੀ ਭੇਜੇ, ਉਹਨਾਂ ਦੀ ਵੀ ਨਜ਼ਰ 31 ਮਾਰਚ ਤੇ ਸੀ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਘਰੇ ਇੱਕ ਬੈਠਕ ਹੁੰਦੀ ਹੈ, ਉਸ ਬੈਠਕ ਦੇ ਵਿੱਚ ਇਹ ਏਜੰਡਾ ਆਉਂਦਾ ਕਿ 31 ਮਾਰਚ ਨੂੰ ਆਪਾਂ ਪੰਜਾਬ ਤੋਂ 1 ਲੱਖ ਬੰਦਾ ਲੈ ਕੇ ਜਾਣਾ, ਔਰ ਮੁੱਖ ਮੰਤਰੀ ਸਾਹਿਬ ਕਹਿੰਦੇ ਉਹਦਾ ਫਾਰਮੂਲਾ ਦਿੰਦੇ ਆ ਕਿ 92 MLA ਹੈ, 21,000 ਬੰਦਾ ਆਉਂਦਾ, 92,000 ਸਿੱਧੇ ਬਣਦੇ ਆ ਜੀ, 7 ਆਪਣੇ ਰਾਜ ਸਭਾ ਮੈਂਬਰ ਹੈ, 7,000 ਉਹ ਬਣ ਕੇ 99,000 ਹੋ ਗਿਆ, 1,000 ਮੈਂ ਵਾਧੂ ਦੇ ਦੂੰਗਾ MLA ਤੋਂ ਬਿਨਾਂ ਵੀ, ਸੋ ਇਸ ਲਈ ਆਪਾਂ 1 ਲੱਖ ਬੰਦਾ ਲੈ ਕੇ ਜਾਣਾ। ਕਹਿੰਦੇ ਜੀ ਇਹ ਫਾਰਮੂਲਾ ਤੈਅ ਹੋ ਗਿਆ, ਮੀਟਿੰਗ ਚੱਲਦੀ ਚ ਆਇਆ ਕਿ ਉੱਥੇ ਬੰਦੇ ਗਿਣਨੇ ਵੀ ਆ, 50,000 ਤੋਂ ਨਾ ਘੱਟੇ ਗਿਣਤੀ, ਸਿੱਧਾ ਸੌਦਾ 50,000 ਤੇ ਆ ਗਿਆ। ਜਦੋਂ ਕਹਿੰਦੇ ਰੋਟੀ ਖਾ ਕੇ ਮੀਟਿੰਗ ਮੁੱਕਣ ਲੱਗੀ, ਕਹਿੰਦੇ ਦੇਖ ਲਿਓ ਜਦੋਂ ਗਿਣਤੀ ਹੋਈ 25,000 ਤੋਂ ਬੰਦਾ ਪੰਜਾਬ ਤੋਂ ਘਟੇ ਨਾ, ਸੋ ਇਹਦਾ ਮਤਲਬ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਅੰਦਾਜ਼ਾ ਸੀ ਕਿ ਸਾਡੀ ਗਿਣਤੀ ਇੰਨੀ ਕੁ ਰਹਿਣ ਵਾਲੀ ਹੈ ਜੀ। ਜਦੋਂ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਰੈਲੀ ਹੁੰਦੀ ਹੈ ਤਾਂ ਜਾਣਕਾਰੀ ਆਉਂਦੀ ਹੈ ਕਿ ਇੰਡੀਆ ਗੱਠਜੋੜ ਦੇ ਬੈਨਰ ਥੱਲੇ ਬੁਕਿੰਗ ਦੇ ਵਿੱਚ 20,000 ਬੰਦੇ ਲਈ ਬੁਕਿੰਗ ਕਰਾਈ ਸੀ, ਪੰਜਾਬ ਤੋਂ ਗੱਲ 1,00,000 ਤੋਂ 25,000 ਤੱਕ ਦੀ ਚੱਲਦੀ ਤੇ ਬੁਕਿੰਗ 20,000 ਦੀ ਹੁੰਦੀ ਹੈ। ਦੇਸ਼ ਭਰ ਦੇ ਲੀਡਰ ਸਟੇਜ ਤੇ ਸੀਗੇ, ਪੰਜਾਬ ਦੂਜੀ ਤੀਜੀ ਲਾਈਨ 'ਚ ਬੈਠੀ ਵੀ ਨਜ਼ਰ ਆਈ। ਹਾਂ, ਮੁੱਖ ਮੰਤਰੀ ਸਾਹਿਬ ਸੋਨੀਆ ਗਾਂਧੀ ਦੇ ਨੇੜੇ ਵੀ, ਰਾਹੁਲ ਗਾਂਧੀ ਦੇ ਨੇੜੇ ਵੀ, ਪ੍ਰਿਯੰਕਾ ਨੂੰ ਵੀ ਫਤਿਹ ਜੋ ਹੱਥਾਂ 'ਚ ਹੱਥਾਂ ਪਾ ਕੇ ਫੋਟੋ ਵੀ ਖਿਚਾਈ ਤੇ ਗੁਣਗਾਣ ਵੀ ਕੀਤਾ ਕਾਂਗਰਸ ਦਾ, ਉਹ ਸਭ ਦੇ ਦਰਮਿਆਨ ਵੀ ਕਹਿੰਦੇ ਜੀ ਪਬਲਿਕ ਓਨੀ ਨਹੀਂ ਆਈ ਜਿੰਨੀ ਉਮੀਦ ਸੀ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਭਾਜੀ ਕਿ ਜਿਸ ਦਿਨ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੁੰਦੇ ਨੇ ਜੀ, ਉਸ ਦਿਨ ਪੰਜਾਬ ਪੁਲਿਸ ਸੌਂਦੀ ਨਹੀਂ ਆ, ਪੰਜਾਬ ਦੇ ਅਫਸਰ ਰਾਤ ਨੂੰ ਦੇਰ ਰਾਤ ਤੱਕ ਮੀਟਿੰਗਾਂ ਕਰਦੇ ਆ ਆਨਲਾਈਨ ਤੇ ਤੈਅ ਕਰਦੇ ਆ ਕਿ ਸਵੇਰ ਨੂੰ ਪੂਰੇ ਪੰਜਾਬ 'ਚ ਨਾਕੇਬੰਦੀ ਕਰ ਦਿਓ, ਪੁਲਿਸ ਫੋਰਸ ਉਤਾਰ ਦਿਓ, ਖਾਸ ਕਰ ਜਿੱਥੇ ਆਮ ਆਦਮੀ ਪਾਰਟੀ ਦੇ MLA ਤੇ ਮੰਤਰੀ ਸੰਤਰੀ ਨੇ, ਸਵੇਰ ਨੂੰ ਸਾਰਾ ਪੰਜਾਬ ਸੜਕ ਤੇ ਆ ਜਾਣਾ, ਕੇਜਰੀਵਾਲ ਸਾਹਿਬ ਗ੍ਰਿਫਤਾਰ ਹੋ ਗਏ ਤੇ ਪੁਲਿਸ ਰਾਤ ਸਾਰੀ ਰਾਤ ਸੁੱਤੀ ਨਹੀਂ, ਸਵੇਰ ਨੂੰ ਸੜਕਾਂ ਤੇ ਆ ਗਈ ਤੇ ਬੰਦੇ ਕੋਈ ਆਏ ਹੋ ਨਹੀਂ ਕੇਜਰੀਵਾਲ ਦੇ ਹੱਕ 'ਚ ਨਿਕਲ ਕੇ। ਸੋ ਪੁਲਿਸ ਪਰੇਸ਼ਾਨ ਹੋ ਕੇ 12 ਵਜੇ ਮੁੜ ਗਈ। ਉਸੇ ਤਰ੍ਹਾਂ ਦਿੱਲੀ ਵਾਪਰਿਆ, ਦਿੱਲੀ ਦੇ ਵਿੱਚ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਨਿਕਲੇ, ਦਿੱਲੀ ਦੇ ਵਿੱਚ ਕਾਂਗਰਸ ਦੇ ਵਰਕਰ ਨਿਕਲੇ, ਹੋਰ ਪਾਰਟੀਆਂ ਦੇ ਨਿਕਲੇ, ਪੰਜਾਬ ਤੋਂ ਜਿੰਨੇ ਕੱਪੀਆਂ ਗੱਡੀਆਂ ਕਾਰਾਂ ਬੱਸਾਂ ਰੇਲਾਂ ਰਾਹੀਂ ਜਾ ਸਕੇ ਗਏ, ਜਿਵੇਂ ਰੈਲੀਆਂ 'ਚ ਆਪ ਮਹਾਰੇ ਲੋਕ ਨਿਕਲ ਕੇ ਆਉਂਦੇ ਸੀ, ਜਿਵੇਂ ਰੋਡ ਸ਼ੋਅ 'ਚ ਆਪ ਮਹਾਰੇ ਨਿਕਲ ਕੇ ਆਉਂਦੇ ਸੀ, ਉਵੇਂ ਦਿੱਲੀ ਆਪ ਮਹਾਰੇ ਵੀ ਨਹੀਂ ਗਏ
ਤੇ ਇਹਨਾਂ ਦੀਆਂ ਬੱਸਾਂ ਵੀ ਨਹੀਂ ਗਈਆਂ। ਤੇ ਕਈਆਂ ਨੇ ਤਾਂ ਇਹ ਵੀ ਸਵਾਲ ਖੜੇ ਕੀਤੇ ਕਿ ਭਾਈ ਅੱਗੇ ਬੱਸਾਂ NRI ਦੇ ਫੰਡਾਂ ਨਾਲ ਭਰਦੀਆਂ ਸੀ, ਨਾ ਹੁਣ NRI ਦੇ ਫੰਡ ਆ ਰਹੇ ਨੇ, ਨਾ ਆਸ਼ੀਰਵਾਦ ਆ ਰਿਹਾ, ਇਸ ਲਈ ਬੱਸਾਂ ਭਰਾਵੇ ਕੌਣ। ਅਸਲ 'ਚ ਇਹ ਵੀ ਮੰਨਿਆ ਜਾ ਰਿਹਾ ਕਿ ਚੋਣ ਜਾਬਤਾ ਲੱਗਿਆ, ਔਰ ਇਹ ਵੀ ਡਰਦੇ ਨੇ ਕਿ ਕਿਤੇ ਚੋਣ ਕੋਟੇ 'ਚ ਨਾ ਗਿਣਿਆ ਜਾਵੇ ਸਾਡਾ ਖਰਚਾ। ਇਹ ਵੀ ਇੱਕ ਪਹਿਲੂ ਸੀਗਾ। ਜੀ ਜੀ ਪਰ ਫਿਰ ਵੀ ਕਾਂਗਰਸ ਵੀ ਉਸ ਰੈਲੀ ਤੋਂ ਖੁਸ਼ ਹੋਈ ਤੇ ਭਾਜਪਾ ਵੀ ਖੁਸ਼ ਹੋਈ। ਇਹ ਕਮਾਲ ਦੀ ਗੱਲ ਹੈ ਕਿ ਜਿਹੜੀ ਧਿਰ ਦੇ ਖਿਲਾਫ ਰੈਲੀ ਸੀ ਇਸ ਗੱਲ ਤੋਂ ਖੁਸ਼ ਸੀ ਕਿ ਲੈ ਵੀ ਜਿੱਡਾ ਬੜਾ ਬਣਾਇਆ ਹੋਇਆ ਸੀ ਗਵਾਰਾ, ਉੱਡਾ ਬੜਾ ਨਿਕਲਿਆ ਨੀ, ਉਨਾ ਇਕੱਠ ਹੋਇਆ ਨੀ, ਕੋਈ ਗੱਲ ਨੀ, ਠੀਕ ਹੋ ਗਿਆ। ਜੀ ਕਾਂਗਰਸ ਇਸ ਗੱਲੋਂ ਖੁਸ਼ ਸੀ ਕਿ ਲੈ ਦੇ ਕੇ ਚੱਲ ਆਪਾਂ ਇੱਕ ਇਕੱਠੀ ਰੈਲੀ ਤਾਂ ਕਰ ਲਈ ਚੋਣਾਂ ਤੋਂ ਪਹਿਲਾਂ, ਉਹ ਹੋ ਗਿਆ ਵੀ ਗੱਲ, ਦਿੱਲੀ 'ਚ ਬਾਹਾਂ ਤਾਂ ਇੰਨੀਆਂ ਖੜੀਆਂ ਕਰਨੀਆਂ। ਪਰ ਬਿਲਕੁਲ ਜੀ, ਆਮ ਆਦਮੀ ਪਾਰਟੀ ਇਸ ਗੱਲ ਤੋਂ ਫਿਕਰ ਸੀ ਕਿ ਜਿਹੜੀ ਬੇ ਬਣਨੀ ਚਾਹੀਦੀ ਸੀ, ਜਿਹੜੀ ਮੁਹਿੰਮ ਬਣਨੀ ਚਾਹੀਦੀ ਸੀ, ਉਹ ਨਹੀਂ ਬਣ ਪਾਈ। ਜੇ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਨਹੀਂ ਬਣ ਪਾਈ ਤਾਂ ਜੇ ਬਾਅਦ ਚੋਂ ਬਾਕੀ ਲੀਡਰਸ਼ਿਪ ਜਿਹੜੀ ਰਹਿੰਦੀ, ਜੇ ਉਹਨੂੰ ਵੀ ਚੱਕਿਆ ਫਿਰ ਕਿਹਨੇ ਪੁੱਛਣਾ। ਜੀ ਸੋ ਡਰ ਵੱਧਦਾ ਈਡੀ ਦਾ, ਹੁਣ ਖੌਫ ਵੱਧਦਾ, ਉਹ ਪੰਜਾਬ ਤੱਕ ਵੀ ਸੇਕ ਖੜਾ, ਕਿਉਂਕਿ ਪੰਜਾਬ ਦੇ 3 ਅਫਸਰ ਆ ਗਏ ਨੇ ਰਡਾਰ ਤੇ ਪੂਰੀ ਤਰ੍ਹਾਂ, ਬੇਸ਼ੱਕ 12-13 ਤੋਂ ਪੁੱਛਗਿੱਛ ਪਹਿਲਾਂ ਹੋ ਗਿਆ। ਸੋ 3 ਅਫਸਰਾਂ ਤੋਂ ਬਾਅਦ ਉਹ ਐਕਸਾਈਜ਼ ਵਿਭਾਗ ਤੱਕ ਜਾ ਸਕਦੀ ਹੈ, ਐਕਸਾਈਜ਼ ਵਿਭਾਗ ਤੋਂ ਐਕਸਾਈਜ਼ ਵਿਭਾਗ ਦੇ ਮੰਤਰੀ ਤੱਕ ਜਾ ਸਕਦੀ ਹੈ, ਤੇ ਜੇ ਦਿੱਲੀ 'ਚ ਸੁਪਰੀਮੋ ਤੱਕ ਜਾ ਸਕਦੀ ਹੈ ਮੁਖੀ ਤੱਕ, ਤਾਂ ਪੰਜਾਬ 'ਚ ਵੀ ਜਾ ਸਕਦੀ ਹੈ। ਸੋ ਆਮ ਆਦਮੀ ਪਾਰਟੀ ਨੂੰ ਡਰ ਲੱਗ ਰਿਹਾ, ਤੇ ਖਾਸ ਕਰ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਾਂਗੇ, ਦਿੱਲੀ ਦੇ 2 ਮੰਤਰੀ ਨਿਸ਼ਾਨੇ ਤੇ ਆ ਗਏ ਜੀ, ਤਾਂ ਫਿਰ ਪੰਜਾਬ ਵਾਲਿਆਂ ਨੂੰ ਲੱਗਦਾ ਕਿ ਅਸੀਂ ਵੀ ਨਿਸ਼ਾਨੇ ਤੇ ਨਾ ਜਾਈਏ। ਇਸ ਲਈ ਭਾਜਪਾ ਤੇ ਕਾਂਗਰਸ ਤਾਂ ਰੈਲੀ ਤੋਂ ਖੁਸ਼ ਹੋਏ, ਪਰ ਆਪ ਉਹ ਤਸੱਲੀ ਬਖਸ਼ ਉਹਨਾਂ ਨੂੰ ਖਬਰ ਨਹੀਂ ਮਿਲੀ, ਉਹ ਖੁਸ਼ੀ ਨਹੀਂ ਮਿਲੀ ਉਹਨਾਂ ਨੂੰ, ਜਾਂ ਉਹ ਜੋਸ਼ ਨਹੀਂ ਭਰ ਸਕੇ। ਲਿਕਰ ਪਾਲਿਸੀ ਦਾ ਜਿਹੜਾ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ 'ਚ ਗ੍ਰਿਫਤਾਰ ਕੀਤਾ ਗਿਆ ਜੀ, ਲਿਕਰ ਪਾਲਿਸੀ ਦੀ ਉਹੀ ਜਿਹੜਾ ਬਲੂਪ੍ਰਿੰਟ ਆ ਪੰਜਾਬ 'ਚ ਉਹੀ ਲਾਗੂ ਕੀਤਾ ਗਿਆ? ਨਹੀਂ ਦੇਖੋ, ਤੁਸੀਂ ਇਹ ਦੇਖੋ ਕਿ ਦਿੱਲੀ ਦੇ ਵਿੱਚ ਇਹ ਪਾਲਿਸੀ ਬਣਦੀ ਹੈ, ਖਰੜਾ ਤਿਆਰ ਹੁੰਦਾ, ਬਕਾਇਦਾ ਕਿਹਾ ਜਾ ਰਿਹਾ ਕਿ ਆਹੀ ਜਿਹੜੀ ਆਪਾਂ ਵਿਜੇ ਨਾਇਰ ਦੀ ਗੱਲ ਕਰ ਰਹੇ ਹਾਂ ਕਿ ਇਹ ਸੌਰਵ ਭਾਰਦਵਾਜ ਹੋਰਾਂ ਨਾਲ ਮਿਲ ਕੇ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਦੇ ਅਗਵਾਈ 'ਚ ਖਰੜਾ ਤਿਆਰ ਹੁੰਦਾ ਹੈ। ਜੀ ਸੋ ਉਸ ਖਰੜੇ ਦੀ ਫੋਟੋ ਕਾਪੀ ਹੀ ਪੰਜਾਬ ਆਉਂਦੀ ਹੈ, ਬਿਲਕੁਲ ਤੁਸੀਂ ਦਰੁਸਤ ਫਰਮਾ ਰਹੇ ਹੋ। ਜੀ ਦਿੱਲੀ ਵਾਲੀ ਸ਼ਰਾਬ ਪਾਲਿਸੀ ਪੰਜਾਬ ਆਈ, ਦਿੱਲੀ ਵਾਲੇ ਸ਼ਰਾਬ ਕਾਰੋਬਾਰੀ ਪੰਜਾਬ ਆਏ, ਦਿੱਲੀ ਵਾਲੀ ਪਾਰਟੀ ਦੀ ਉਹ ਸਰਕਾਰ ਪੰਜਾਬ ਆਈ, ਈਡੀ ਕਹਿੰਦੀ ਅਸੀਂ ਵੀ ਕਿਉਂ ਨਾ ਆਈਏ। ਸੋ ਇਸ ਲਈ ਫਿਰ ਈਡੀ ਵੀ ਪੰਜਾਬ ਆ ਗਈ, ਈਡੀ ਨੇ ਉਹ ਲੱਭ ਲਿਆ, ਉਹ ਰੌਲਾ ਪੈ ਗਿਆ ਜੀ ਕਿ ਅਮਰੂਦ ਘਟਾਲਾ, ਅਮਰੂਦ ਘਟਾਲਾ। ਅਗਲੇ ਕਹਿੰਦੇ ਭਾਈ ਸਵੇਰ ਤੋਂ ਸ਼ਾਮ ਤੱਕ ਜੇ ਉਹਦੇ ਘਰੇ ਬੈਠੇ ਰਹਿਣਗੇ, ਹੈ ਨਾ, ਤਾਂ ਇਹਦਾ ਮਤਲਬ ਇਹ ਥੋੜਾ ਕਿ ਇਕੱਲੇ ਉਹ ਮਰੂਦੇ ਪੁੱਛ ਕੇ ਜਾਣਗੇ, ਅਗਲੇ ਅਗਲੇ ਨਾਲ ਸ਼ਰਾਬ ਦਾ ਵੀ ਹਿਸਾਬ ਲੈਣਗੇ। ਸੋ ਇਸ ਲਈ ਉਹ ਤੈਅ ਹੋਣ ਲੱਗ ਪਿਆ ਕਿ ਆ ਦੁਬੇ ਹੋਣ, ਚਾਹੇ ਰੰਜਮੋੜੀ ਹੋਰ ਹੋਣ, ਚਾਹੇ ਹੋਰ ਅਫਸਰ ਹੋਣ। ਸੋ 3-4 ਅਫਸਰਾਂ ਨੂੰ ਲੈ ਕੇ ਜਿਵੇਂ ਰਡਾਰ ਤੇ ਲਿਆ ਕਿ ਲੈ ਵੀ ਹੁਣ ਇਹ ਤਾਂ ਪਹਿਲੂ ਆ ਗਿਆ। ਸੋ ਇਸ ਲਈ ਬਿਲਕੁਲ ਉਹੀ ਪਾਲਿਸੀ ਹੈ, ਉਹਦੇ ਨਾਲ ਵੀ ਵੱਡੇ ਸ਼ੰਕੇ ਸ਼ੋਭੇ ਪੈਦਾ ਹੋਣ ਦਾ ਕਾਰਨ ਇਸ ਲਈ ਬਣਿਆ ਕਿ ਤੁਸੀਂ ਜਦੋਂ ਇਹ ਮਾਮਲਾ ਫਸਿਆ ਨੇ, ਜਾਂ ਆਪਾਂ ਕਹਿੰਦੇ ਉਪ ਰਾਜਪਾਲ ਨੇ ਜਾਂ ਕੁਝ ਅਫਸਰਾਂ ਨੇ ਜਾਣ ਬੁੱਝ ਕੇ ਮੁਖਾਲਫਤ ਕਰਤੀ ਜੀ, ਫਸਾ ਲਿਆ ਜੀ, ਰਾਜਨੀਤਿਕ ਦਾਅਵੀ ਹੈ, ਪਰ ਤੁਸੀਂ ਜੇ ਆਪਣੀ ਪਾਲਿਸੀ ਨੂੰ ਸਲਾਹੁੰਦੇ ਸੀ, ਚੰਗਾ ਦੱਸਦੇ ਸੀ, ਸੂਬੇ ਦੇ ਹਿੱਤ 'ਚ ਦੱਸਦੇ, ਫਿਰ ਵਾਪਸ ਕਿਉਂ ਲਈ? ਇਸ ਗੱਲ ਨੇ ਸ਼ੱਕੀ ਬਣਾਤਾ ਕਿ ਤੁਸੀਂ ਉੱਥੇ ਵਾਪਸ ਲੈ ਰਹੇ ਹੋ, ਤੇ ਪੰਜਾਬ 'ਚ ਵੀ ਤੁਸੀਂ ਹੁਣ ਡੰਪ ਆ ਰਹੇ ਕਿ ਤੁਸੀਂ ਉਹਦੀ ਸੋਧ ਕਰ ਲਈ। ਇਸ ਲਈ ਜਲਤ ਬਦਲ ਨਾਲ ਅੰਦਰ ਲਿਖਤ ਨਹੀਂ ਬਦਲਦੀ ਹੁੰਦੀ। ਸੋ ਇਸ ਲਈ ਆਮ ਆਦਮੀ ਪਾਰਟੀ ਲਈ ਮੁਸ਼ਕਲ ਦੀ ਘੜੀ ਇਸ ਗੱਲ ਲਈ ਵੀ ਹੈ ਕਿ ਉਹੀ ਪਾਲਿਸੀ ਹੈ ਤੇ ਉਹੀ ਮਸਲਾ, ਔਰ ਖਾਸ ਕਰਕੇ ਈਡੀ ਨੇ ਇਹ ਵੀ ਤੈਅ ਕੀਤਾ ਕਿ ਅਸੀਂ ਜਦੋਂ ਜਾਂਚ ਅੱਗੇ ਵਧਾਵਾਂਗੇ ਤਾਂ ਪੰਜਾਬ ਨੂੰ ਵੱਖਰੇ ਮਾਮਲੇ 'ਚ ਨਹੀਂ ਦੇਖਾਂਗੇ, ਉਹਦੇ ਅਗਲੇ ਕੜੀ ਵਜੋਂ ਹੀ ਦੇਖਾਂਗੇ, ਉਸੇ ਮਾਮਲੇ ਅਧੀਨ ਅੱਗੇ ਵਧਣਾ, ਇਸ ਲਈ ਡਰ ਵਧਿਆ। ਜੀ ਦੀਪਕ ਜੀ, ਕਾਂਗਰਸ ਤੇ ਆਪ ਦੇ ਗੱਠਜੋੜ ਦੀ ਜਿਹੜੀ ਚਰਚਾ ਸ਼ੁਰੂ ਹੋਈ ਸੀ, ਸ਼ੁਰੂ ਹੁੰਦਿਆਂ ਹੀ ਗੱਲ ਉਹ ਠੁੱਸ ਹੋ ਗਈ, ਖਤਮ ਹੋ ਗਈ ਆ, ਸੋ ਉਧਰਲੇ ਪਾਸਿਓਂ ਕੀ ਅਪਡੇਟ ਆ ਜੀ? ਨਹੀਂ ਦੇਖੋ, ਇਹ ਗੱਠਜੋੜ ਵਾਲੇ ਪਹਿਲੂ ਨੂੰ ਜੇਕਰ ਤੁਸੀਂ ਸਮਝਣਾ ਹੋਵੇ ਤਾਂ ਸਪਸ਼ਟ ਹੈ ਕਿ ਜਦੋਂ ਪੰਜਾਬ 'ਚ ਜਾਂ ਦੇਸ਼ 'ਚ ਜਾਂ ਆਮ ਚੋਣਾਂ ਦਾ ਮਾਹੌਲ ਬਣ ਰਿਹਾ ਸੀ,
ਅਜੇ ਨਰਿੰਦਰ ਮੋਦੀ ਆਪਣਾ ਮਤਲਬ ਰਾਮ ਮੰਦਿਰ ਦੇ ਏਜੰਡੇ ਨੂੰ ਲੈ ਕੇ ਆਪਣਾ ਪ੍ਰਚਾਰ ਪ੍ਰਸਾਰ ਕਰ ਰਹੇ ਸੀ, ਹੈ ਨਾ। ਜੀ ਸੋ ਉਹ ਸਭ ਦੇ ਦਰਮਿਆਨ ਵਿਰੋਧੀ ਧਿਰਾਂ ਇਕੱਠੀਆਂ ਹੋਣ ਦੀ ਕੋਸ਼ਿਸ਼ ਕਰਕੇ ਇੱਕ ਤਾਕਤ ਬਣਾ ਕੇ ਪੇਸ਼ ਕਰਨਾ ਚਾਹੁੰਦੇ ਸੀ ਕਿ ਸਾਰੀਆਂ ਧਿਰਾਂ ਇੱਕ ਮੰਚ ਤੇ ਨੇ। ਉਸ ਸਮੇਂ ਪੰਜਾਬ 'ਚ ਤੈਅ ਮੰਨਿਆ ਜਾ ਰਿਹਾ ਸੀਗਾ ਕਿ ਪੰਜਾਬ 'ਚ ਦੋ ਧਿਰਾਂ ਦਾ ਮੂੰਹ ਸਾਹਮਣਾ ਮੁਕਾਬਲਾ ਆਉਣਾ, ਇੱਕ ਪਾਸੇ ਕਾਂਗਰਸ ਤੇ ਆਪ ਮਿਲ ਕੇ ਖੜੀ ਹੋਏਗੀ, ਦੂਜੇ ਪਾਸੇ ਅਕਾਲੀ ਦਲ ਤੇ ਭਾਜਪਾ ਮਿਲ ਕੇ ਖੜਾ ਹੋਗਾ। ਬੇਸ਼ੱਕ ਵਿਚਾਲੇ ਸਿਮਰਜੀਤ ਮਾਨ ਨੇ ਆਪਣਾ ਗੱਡਾ ਹੁਣ ਵੀ ਫਸਾਇਆ ਹੋਇਆ ਤੇ ਸੰਗਰੂਰ ਨੂੰ ਲੈ ਕੇ ਫਿਕਰ ਹੈਗਾ ਸਾਰੀਆਂ ਧਿਰਾਂ ਨੂੰ ਕਿ ਲੈ ਵੀ ਪਿਛਲੀ ਵਾਰ ਗੱਡਾ ਕੱਢ ਕੇ ਲੈ ਗਿਆ ਸੀ ਕੰਮ ਤੇ, ਐਕਟੀ ਵੀ ਕਿਤੇ ਉਹੀ ਕੰਮ ਨਾ ਹੋਵੇ। ਉਹਨਾਂ ਨੇ ਇਹ ਤੋਂ ਬਿਨਾਂ ਬਸਪਾ ਵੀ ਲੜੇਗੀ, ਹੋਰ ਦਲ ਵੀ ਲੜਨਗੇ, ਪਰ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਸੀ ਕਿ ਅਕਾਲੀ ਭਾਜਪਾ ਗੱਠਜੋੜ ਇੱਕ ਪਾਸੇ, ਕਾਂਗਰਸ ਤੇ ਆਪ ਇੱਕ ਪਾਸੇ, ਮਤਲਬ ਆਹਮੋ ਸਾਹਮਣੇ ਦਾ ਜਾਂ ਦੋਹਰਾ ਮੁਕਾਬਲਾ। ਜੀ ਪਰ ਫਿਰ ਗੱਲ ਆ ਗਈ ਕਿ ਜੀ ਪੰਜਾਬ ਦੀ ਕਾਂਗਰਸ ਵੀ ਨਹੀਂ ਲੜਕੇ ਮੰਨਣ ਲਈ ਤਿਆਰ ਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਭਗਵੰਤ ਮਾਨ ਤਾਂ ਕਹਿੰਦੇ ਮਤਲਬ ਨਹੀਂ ਜੀ, ਤੁਸੀਂ 13 ਟਿਕਟਾਂ ਦਿਓ ਮੈਂ 14ਵੀਂ ਚੰਡੀਗੜ੍ਹ ਸਾਨੂੰ ਜਿਤਾ ਕੇ ਦਊਂਗਾ, ਸੋ ਮੈਂ ਤਾਂ 32 ਦਾ ਆਉਂਦੇ ਨੇ, ਕਹਿੰਦੇ ਮੈਂ ਤਾਂ ਸਾਰੀਆਂ ਕਢਾ ਦੂੰਗਾ ਤੁਹਾਡੀਆਂ ਸੀਟਾਂ। ਸੋ ਇਸ ਲਈ ਦੋਵੇਂ ਸਟਰਾਂਗ ਲੀਡਰਸ਼ਿਪਾਂ ਨਹੀਂ ਮੰਨੀਆਂ ਤੇ ਤੈਅ ਹੋ ਗਿਆ ਕਿ ਪੰਜਾਬ 'ਚ ਕਾਂਗਰਸ ਤੇ ਆਪ ਅੱਡੋ ਅੱਡ ਲੜੇਗੀ। ਤਦ ਤੱਕ ਵੀ ਤੈਅ ਸੀ ਕਿ ਅਕਾਲੀ ਭਾਜਪਾ ਗੱਠਜੋੜ ਹੋਇਆ ਖੜਾ, 8-5 ਤੇ ਸਮਝੌਤਾ ਹੋ ਗਿਆ। ਸੋ ਇਹ ਸਮੇਂ ਫਿਰ ਹੋ ਗਿਆ ਕਿ ਹੁਣ ਮੁਕਾਬਲਾ ਤਕੋਣਾ ਹੋ ਗਿਆ ਜੀ। ਫਿਰ ਅਮਿਤ ਸ਼ਾਹ ਦਾ ਸੁਨੇਹਾ ਆ ਗਿਆ ਜਾਖੜ ਸਾਹਿਬ ਨੂੰ, ਤੇ ਜਾਖੜ ਸਾਹਿਬ ਕਹਿੰਦੇ ਮੈਂ ਵਰਕਰਾਂ ਦੇ ਹਵਾਲੇ ਨਾਲ ਜੀ ਅਸੀਂ ਤੈਅ ਕਰ ਲਿਆ ਕਿ ਵਰਕਰਾਂ ਦੀ ਇੱਛਾ ਦੇ ਉੱਤੇ ਅਸੀਂ ਫੁੱਲ ਚੜਾ ਤੇ ਕਿ ਲਓ ਜੀ ਅਸੀਂ ਅੱਡ ਲੜਾਂਗੇ। ਤਾਂ ਅੱਜ ਦੀ ਤਰੀਕ 'ਚ ਪੰਜਾਬ 'ਚ ਚੁਕਾਉਣਾ ਮੁਕਾਬਲਾ ਬਣ ਗਿਆ, ਚੌਤਰਫਾ ਮੁਕਾਬਲਾ ਬਣ ਗਿਆ, ਚਾਰ ਖੁੰਜੀ ਮੁਕਾਬਲਾ ਬਣ ਗਿਆ ਕਿ ਆਪ ਅੱਡ, ਕਾਂਗਰਸ ਅੱਡ, ਅਕਾਲੀ ਅੱਡ, ਬੀਜੇਪੀ ਅੱਡ। ਜੀ ਇਹ ਸਭ ਦੇ ਦਰਮਿਆਨ ਕੇਜਰੀਵਾਲ ਦੀ ਗ੍ਰਿਫਤਾਰੀ ਆ ਗਈ। ਖੜਗੇ ਸਾਹਿਬ ਮੰਚ ਤੋਂ ਪਾਰਟੀ ਦੇ ਕਾਂਗਰਸ ਦੇ ਪ੍ਰਧਾਨ ਦੇ ਨਾਤੇ ਕਹਿੰਦੇ ਨੇ ਕਿ ਅਸੀਂ ਲੋਕਤੰਤਰ ਬਚਾਉਣ ਲਈ ਲੜ ਰਹੇ ਹਾਂ, ਅਸੀਂ ਦੇਸ਼ ਬਚਾਉਣ ਲਈ ਲੜ ਰਹੇ ਹਾਂ, ਅਸੀਂ ਚੋਣਾਂ ਲਈ ਵੋਟਾਂ ਲਈ ਨਹੀਂ ਚੋਣ ਲੜ ਰਹੇ, ਅਸੀਂ ਤਾਂ ਲੋਕਤੰਤਰ ਲਈ ਲੜ ਰਹੇ ਹਾਂ, ਇਸ ਲਈ ਸਾਨੂੰ ਮਿਲ ਕੇ ਲੜਨਾ ਪੈਣਾ। ਤੇ ਉਹਨਾਂ ਨੇ ਸਪਸ਼ਟ ਰੂਪ 'ਚ ਭਗਵੰਤ ਮਾਨ ਨੂੰ ਕੇਂਦਰ 'ਚ ਰੱਖ ਕੇ ਕਿਹਾ ਕਿ ਚੰਗਾ ਰਹੂਗਾ ਜੇਕਰ ਮਿਲ ਕੇ ਲੜੋ। ਇੱਥੋਂ ਇਹ ਗੱਲ ਲੱਗੀ ਕਿ ਇਹਦਾ ਮਤਲਬ ਦਿੱਲੀ ਵਾਲੀਆਂ ਧਿਰਾਂ, ਚਾਹੇ ਉਹ ਆਪ ਦੀਆਂ ਨੇ ਚਾਹੇ ਉਹ ਕਾਂਗਰਸ ਦੀਆਂ ਨੇ, ਉਹ ਅਜੇ ਵੀ ਚਾਹੁੰਦੀਆਂ ਨੇ ਕਿ ਗੱਠਜੋੜ ਹੋ ਜਾਵੇ। ਤੁਸੀਂ ਗੱਠਜੋੜ ਦਾ ਪੈਮਾਨਾ ਦੇਖੋ ਕਮਾਲ ਦਾ, ਗੁਜਰਾਤ 'ਚ ਗੱਠਜੋੜ 2 ਸੀਟਾਂ ਦੇ ਸਾਰ ਹੀ ਹੈ ਜੀ, ਹਰਿਆਣੇ 'ਚ 10 ਸੀਟਾਂ ਨੇ, 9-1 ਦਾ ਗੱਠਜੋੜ ਹੈ, ਤੇ ਚੰਡੀਗੜ੍ਹ ਦੇ ਵਿੱਚ ਮੇਅਰ ਬਨਾਮ MP ਦੀ ਟਿਕਟ ਦਾ ਗੱਠਜੋੜ ਹੈ, ਮੇਅਰ ਸਾਡਾ ਤੇ MP ਦੀ ਉਮੀਦਵਾਰ ਤੁਹਾਡਾ। ਹਾਂ ਦਿੱਲੀ 'ਚ 4-3 ਠੀਕ ਸਮਝ ਆਉਂਦਾ, ਪਰ ਇਹਨਾਂ ਸਾਰੇ ਸੂਬਿਆਂ 'ਚ ਗੱਠਜੋੜ ਹੈਗਾ ਤੇ ਪੰਜਾਬ 'ਚ ਗੱਠਜੋੜ ਨਹੀਂ ਹੈਗਾ, ਮਤਲਬ ਪੰਜਾਬ ਦੇ ਵੋਟਰਾਂ ਨੂੰ ਪਾਰਟੀਆਂ ਮੂਰਖ ਵੀ ਸਮਝਦੀਆਂ ਕਿ ਸ਼ੰਭੂ ਟੱਪ ਦੇ ਹੀ MP ਸਾਡੇ ਇਕੱਠੇ ਨੇ ਪਰ ਸ਼ੰਭੂ ਤੋਂ ਇੱਧਰ ਅੱਡੋ ਅੱਡ ਨੇ ਜੀ। ਸੋ ਇਸ ਦੇ ਬਾਵਜੂਦ ਵੀ ਖੜਗੇ ਹੋਰਾਂ ਦੇ ਇਸ ਇਸ਼ਾਰੇ ਨੇ ਕਿ ਆਪਾਂ ਨੂੰ ਮਿਲ ਕੇ ਲੜਨਾ ਚਾਹੀਦਾ, ਇੱਕ ਵਾਰ ਫਿਰ ਪੰਜਾਬ 'ਚ ਗੱਲ ਤੋਰਤੀ ਕਿ ਲੈ ਵੀ ਗੱਠਜੋੜ ਹੋਣ ਲੱਗਿਆ ਦੁਬਾਰਾ। ਦੀਪਕ ਜੀ ਅਜੇ ਮੁੱਖ ਮੰਤਰੀ ਸਾਹਿਬ ਦਾ ਚੋਪਰ ਵੀ ਪੰਜਾਬ ਨਹੀਂ ਪਹੁੰਚਿਆ ਸੀ ਤੇ ਅਜੇ ਮੰਤਰੀ ਵੀ ਉਸ ਰੈਲੀ ਤੋਂ 31 ਮਾਰਚ ਵਾਲੀ ਤੋਂ ਵਾਪਸ ਨਹੀਂ ਆਇਆ ਸੀ ਕਿ ਪੰਜਾਬ 'ਚ ਹੜਕੰਬ ਮੱਚ ਗਿਆ ਕਿ ਲੈ ਵੀ ਫਿਰ ਗੱਠਜੋੜ ਹੋਣ ਲੱਗਿਆ। ਹੁਣ ਜਿਨ੍ਹਾਂ 8 ਨੂੰ ਟਿਕਟ ਮਿਲੀ ਸੀ ਉਹਨਾਂ 'ਚੋਂ ਇੱਕ ਤਾਂ ਪਹਿਲਾਂ ਹੀ ਭੱਜ ਗਿਆ, ਬਚੀਆਂ ਸੀ 7, ਸੱਤਾਂ ਨੂੰ ਲੱਗਿਆ ਕਿ ਮੇਰੀ ਨਾ ਬਦਲ ਜਾਵੇ, ਜਿਹੜੇ ਬਾਕੀਆਂ ਥਾਵਾਂ ਤੇ ਲੜਨ ਲਈ ਤਿਆਰ ਨੇ 13 ਦੇ 13 ਹਰੇਕ ਪਾਰਟੀ ਤੋਂ ਲੱਗਦਾ ਕਿ ਲੈ ਵੀ ਮੇਰੀ ਨਾ ਛੁੱਟੀ ਹੋ ਜਾਵੇ ਜੇ ਗੱਠਜੋੜ ਹੋ ਗਿਆ ਜੀ। ਸੋ ਫਿਰ ਮੁੱਖ ਮੰਤਰੀ ਸਾਹਿਬ ਨੇ ਚੰਡੀਗੜ੍ਹ ਪਹੁੰਚਦਿਆਂ ਹੀ ਕਿਹਾ ਕਿ ਜੋ ਸਥਿਤੀ ਹੈਗੀ ਹੈ ਤਿਉਂ ਦੀ ਤਿਉਂ ਰਹੇਗੀ, ਅਸੀਂ ਦੁਬਾਰਾ ਮੁੜ ਵਿਚਾਰ ਨਹੀਂ ਕਰਾਂਗੇ, ਕੋਈ ਗੱਠਜੋੜ ਨਹੀਂ ਹੋਏਗਾ। ਹੈ ਉੱਧਰ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਫਿਰ ਬੋਲਵੇ ਕਿ ਨਾ ਕੋਈ ਮਤਲਬ ਨਹੀਂ ਗੱਠਜੋੜ ਦਾ, ਵਿਰੋਧੀ ਧਿਰ ਕਾਹਲੀ ਰਹਿ ਜਾਂਗੇ, ਅਸੀਂ ਪੰਜਾਬ 'ਚ ਕਹਿੰਦੇ ਅਸੀਂ ਅੱਡੋ ਅੱਡ ਲੜਾਂਗੇ। ਸੋ ਇਸ ਲਈ ਇਹ ਗੱਲ ਅਜੇ ਦਿੱਲੀ ਤੋਂ ਤੁਰੀਓ ਸੀ, ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਮੁੱਕ ਗਈ, ਇਸ ਲਈ ਫਿਲਹਾਲ ਗੱਠਜੋੜ ਨਹੀਂ ਹੋ ਰਿਹਾ, ਅੱਡੋ ਅੱਡੇ ਲੜਨਗੇ। ਸੋ ਹੁਣ ਤਰੀਕਾਂ ਦੇਖਣ ਵਾਲੀ ਗੱਲ ਹੈ ਕਿ ਕਦੋਂ ਤੱਕ ਉਮੀਦਵਾਰ ਕਿਹੜੀ ਕਿਹੜੀ ਧਿਰ ਤਾਰਦੀ ਹੈ ਜੀ। ਜੀ ਮੈਂ ਦੀਪਕ ਜੀ ਵੀਕਐਂਡ ਤੇ ਟਵਿੱਟਰ ਤੇ ਦੇਖ ਰਿਹਾ ਸੀ, ਚਲੋ ਐਕਸ ਕਹਿੰਦੇ ਉਹਨੂੰ ਹੁਣ, ਉੱਤੇ BJP ਵੱਲੋਂ ਜਿਹੜੀਆਂ ਕੁਝ ਐਡਸ ਤਿਆਰ ਕੀਤੀਆਂ ਗਈਆਂ ਨੇ, ਉਹ ਬੜੀਆਂ ਅਟੈਕ ਐਡਸ ਨੇ ਜਿਹੜੀਆਂ ਇੰਡੀਆ ਗੱਠਜੋੜ ਨੂੰ
ਨਿਸ਼ਾਨਾ ਬਣਾਉਂਦੀਆਂ ਨੇ, ਉਹਦੇ ਵਿੱਚ ਐਕਟਰ ਹਾਇਰ ਕੀਤੇ ਨੇ ਬਕਾਇਦਾ, ਅਤੇ ਉਹਦੇ ਵਿੱਚ ਉਹ ਦਿਖਾਉਂਦੇ ਨੇ ਵੀ ਕਿੱਦਾਂ ਆਪਸ ਦੇ ਵਿੱਚ ਇਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਸਹਿਮਤੀ ਨਹੀਂ ਹੋ ਪਾ ਰਹੀ। ਇੱਕ ਮਤਲਬ ਉਹ ਕਈਆਂ ਦਾ ਇਹ ਕਹਿਣਾ ਵੀ ਬੜੀ ਇੱਕ ਉਹ ਕ੍ਰੀਏਟਿਵ ਕਿਸਮ ਦੀਆਂ ਐਡਸ ਤਿਆਰ ਕੀਤੀਆਂ ਗਈਆਂ ਨੇ, ਕਈਆਂ ਦਾ ਇਹ ਕਹਿਣਾ ਵੀ ਇਹ ਸਿਰਫ ਅਤੇ ਸਿਰਫ ਬੀਜੇਪੀ ਵੱਲੋਂ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾਇਆ ਜਾ ਰਿਹਾ, ਪੋਲਿਸੀ ਦੀ ਗੱਲ ਨਹੀਂ ਕੀਤੀ ਜਾ ਰਹੀ, ਸਿਰਫ ਵਿਰੋਧੀਆਂ ਦਾ ਮਜ਼ਾਕ ਉਡਾ ਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ, ਪੋਲਿਸੀ ਦੀ ਗੱਲ ਤਾਂ ਕਦੇ ਹੁੰਦੀ ਹੋ ਨਹੀਂ, ਹੁਣ ਤਾਂ ਬਿਲਕੁਲ ਹੀ ਨਹੀਂ ਹੁੰਦੀ, ਪਿਛਲੀਆਂ ਕੋਈ ਚੋਣਾਂ ਤੋਂ ਜਦੋਂ ਤੋਂ ਇਵੈਂਟ ਬਣ ਗਈਆਂ ਚੋਣਾਂ ਜਾਂ ਤੋਂ ਮੈਨੇਜਮੈਂਟ ਕੰਪਨੀਆਂ ਦੇ ਕੋਲ ਚਲੀਆਂ ਗਈਆਂ ਚੋਣਾਂ। ਔਰ ਇਹਦੇ ਨਾਲੋਂ ਵੀ ਵੱਧਦਾ ਖਤਰਨਾਕ ਪਹਿਲੂ ਇਹ ਖੜਾ ਕਿ ਜਿਹੜਾ ਫਿਕਰ ਤੁਸੀਂ ਅੱਜ ਪ੍ਰਗਟਾ ਰਹੇ ਹੋ, ਇਹ 2029 'ਚ ਜਾ ਕੇ ਕਿੱਡਾ ਬੜਾ ਹੋ ਜਾਏਗਾ ਜੇਕਰ ਚੋਣਾਂ ਇਕੱਠੀਆਂ ਹੋਣ ਲੱਗ ਪਈਆਂ। ਹਾਂਜੀ, ਘੱਟੋ ਘੱਟ ਜਦੋਂ ਵਿਧਾਨ ਸਭਾ ਚੋਣਾਂ ਅੱਡ ਹੁੰਦੀਆਂ ਤਾਂ ਸੂਬਿਆਂ ਦੇ ਮਸਲੇ ਤਾਂ ਕੁਛ ਉੱਠਦੇ ਆ ਨਾ। ਜੀ ਜੀ ਬਿਲਕੁਲ, ਜਦੋਂ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਲੱਗ ਪਈਆਂ, ਫਿਰ ਤਾਂ ਵਿਧਾਨ ਸੂਬਾ ਹੀ ਮਸਲੇ ਤਾਂ ਬਿਲਕੁਲ ਹੀ ਖਤਮ ਹੋ ਜਾਣਗੇ। ਸੂਬਿਆਂ ਦੇ ਪਹਿਲੂ ਤਾਂ ਕੋਈ ਗੱਲ ਹੀ ਨਹੀਂ ਕਰੇਗਾ ਜੀ। ਰਾਸ਼ਟਰੀ ਪਹਿਲੂ ਤੇ ਇਹੀ ਤਾਂ ਬੀਜੇਪੀ ਚਾਹੁੰਦੀ ਹੈ ਕਿ ਇੱਕ ਦੇਸ਼ ਇੱਕ ਚੋਣ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਲੀਡਰ, ਉਸੇ ਫਾਰਮੂਲੇ ਤੇ ਲਿਆਉਣਾ ਚਾਹੁੰਦੀ ਹੈ। ਉਸ ਨੇ ਇਹ ਖਤਰਾ ਪੈਦਾ ਕੀਤਾ। ਔਰ ਇਹ ਕੱਲੀ ਭਾਜਪਾ ਦਾ ਮਸਲਾ ਨਹੀਂ ਗਾ, ਹਰੇਕ ਪਾਰਟੀ ਜਿੰਨਾ ਆਪਣੇ ਪੈਸੇ ਰੱਖਦੀ ਹੈ, ਜਿੰਨੇ ਉਹਨੂੰ ਚੋਣ ਬੋਂਡ ਮਿਲੇ ਆ, ਇੱਕ ਨੰਬਰੀ ਦੋ ਨੰਬਰੀ, ਸੋ ਉਹਦੇ ਵਿੱਚੋਂ ਉਹਨਾਂ ਉਹਨਾਂ ਉਹ ਕੱਢ ਕੇ ਕੰਪਨੀਆਂ ਲੱਭਦੇ ਨੇ, ਹਰੇਕ ਮਤਲਬ ਇਸ ਤਰ੍ਹਾਂ ਦਾ ਈਵੈਂਟ ਮੈਨੇਜਮੈਂਟ ਲੱਭ ਰਹੇ। ਔਰ ਉਹੀ ਜਿਹੀਆਂ ਐਡਾਂ ਇਹ, ਔਰ ਇਹਦਾ ਇੱਕ ਪੱਖ ਹੋਰ ਹੈ ਜੀ, ਪ੍ਰਚਾਰ ਦਾ ਪਹਿਲੂ ਨਹੀਂ ਹੈ। ਤੁਸੀਂ ਇਹ ਕਹੋ ਕਿ ਵਿਰੋਧੀਆਂ ਦਾ ਮਜ਼ਾਕ ਉਡਾ ਕੇ ਬੀਜੇਪੀ ਆਪਣਾ ਪ੍ਰਚਾਰ ਕਰ ਰਹੀ ਹੈ, ਇਹਦੇ ਵਿੱਚ ਲੁਕਿਆ ਹੋਇਆ ਉਹਨਾਂ ਦਾ ਡਰ ਵੀ ਹੈ। ਉਹ ਡਰ ਇਸ ਪਹਿਲੂ ਤੋਂ ਹੈ ਕਿ ਬੀਜੇਪੀ ਨੇ ਆਪਣਾ ਅੰਦਰੂਨੀ ਸਰਵੇ ਕਰਾਇਆ ਸੀ ਜਿਸ ਸਮੇਂ ਤੱਕ ਮਮਤਾ ਅੱਡ ਨਹੀਂ ਹੋਈ ਸੀ, ਅਜੇ ਜੀ ਜਿਸ ਸਮੇਂ ਤੱਕ ਇਹ ਖਲਾਰਾ ਨਹੀਂ ਪਿਆ ਸੀ ਇਹਨਾਂ ਦਾ ਸੀਟਾਂ ਦੀ ਵੰਡ ਨੂੰ ਲੈ ਕੇ, 230 ਦੇ ਉੱਪਰ ਨਹੀਂ ਜਾ ਰਹੀ ਸੀ ਕਹਿੰਦੇ ਜੀ ਭਾਜਪਾ, ਅੰਦਰੂਨੀ ਸਰਵੇ ਭਾਜਪਾ ਦਾ ਇਹ ਕਹਿੰਦਾ। ਸੋ ਉਸ ਡਰ ਨੇ ਇਹਨਾਂ ਨੇ ਫਿਰ 400 ਵਾਲਾ ਫਾਰਮੂਲਾ ਕੱਢਿਆ, ਡਰ ਨੇ ਇਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਇੱਥੋਂ ਤੱਕ ਲਿਆ ਤਾ ਕਿ ਉਧਮ ਠਾਕਰੇ ਨੂੰ ਤੋੜ ਕੇ ਅੱਧੀ ਸ਼ਿਵ ਸੈਨਾ ਲਿਆਓ, ਹੈ ਸ਼ਰਦ ਪਵਾਰ ਨੂੰ ਤੋੜ ਕੇ ਅੱਧੀ ਪਾਰਟੀ ਲਿਆਓ, ਤੇ ਤਾਂ ਵੀ ਨਹੀਂ ਬਣਦਾ ਤਾਂ ਰਾਜ ਠਾਕਰੇ ਨੂੰ ਵੀ ਲਿਆਓ। ਰਾਜ ਠਾਕਰੇ ਨੂੰ ਕਹਿੰਦੇ ਕਿ ਟਿਕਟਾਂ ਵੀ ਲੈ ਲਾ ਦੋ ਤਿੰਨ, ਫਿਰ ਮੁੰਡੇ ਨੂੰ ਵੀ ਐ ਭੇਜ ਦਾਂਗੇ, ਹੈ ਤੈਨੂੰ ਵੀ ਰਾਜ ਸਭਾ ਦੇ ਦਿੰਦੇ ਆ, ਮਤਲਬ ਇਹ ਸਥਿਤੀ ਹੈ, ਉਹਨਾਂ ਤਾਂ ਡਰ ਹੈ ਜੀ। ਸ਼ੀਸ਼ ਵਰਗੇ ਦੀਆਂ ਜਾ ਕੇ ਲੱਤਾਂ ਘੁੱਟਣੀਆਂ, ਇਹਦਾ ਮਤਲਬ ਕੁਛ ਨਾ ਕੁਛ ਤਾਂ ਮਸਲਾ ਹੈ ਜੀ। ਸੋ ਬੀਜੇਪੀ ਡਰ ਚ ਵੀ ਹੈ ਤੇ ਉਸ ਡਰ ਚੋਂ ਵੀ ਹੈ, ਤੇ ਇੱਕ ਈਵੈਂਟ ਬਣਾਉਣਾ ਵੀ ਆਉਂਦਾ। ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਘੱਟ ਤੇ ਬਤੌਰ ਕਲਾਕਾਰ ਵੱਧ ਵਿਚਰਦੇ ਆ, ਸੋ ਇਸ ਲਈ ਕਲਾਕਾਰੀ ਵਾਲੀਆਂ ਐਡਾਂ ਦਾ ਫਿਰ ਆਉਣਗੀਆਂ ਨਾ ਜੀ। ਦੀਪਕ ਜੀ ਗੱਲ ਅੱਗੇ ਅੱਗੇ ਕੰਟੀਨਿਊ ਕਰੀਏ, ਜਿਹੜੀ ਭਾਜਪਾ ਦੀ ਉਮੀਦਵਾਰਾਂ ਦੀ ਸੂਚੀ ਆ, ਉਹਦੇ ਵਿੱਚ ਨਾਮ ਹੁਣ ਕਾਂਗਰਸੀਆਂ ਦੇ ਨੇ, ਕਿਉਂਕਿ ਸਾਰੇ ਪਾਸਿਓਂ ਮੈਨੂੰ ਲੱਗਦਾ ਵੀ ਡਰੇਬਾ ਡਰੂਬਾ ਸੁਣ ਕੇ ਅਤੇ ਕਈ ਜਾਣੇ ਇੱਧਰਲੇ ਪਾਸੇ ਆ ਕੇ ਸ਼ਾਮਲ ਹੋ ਚੁੱਕੇ ਹੋਏ ਨੇ, ਅਤੇ ਸੂਚੀ ਭਾਜਪਾਈਆਂ ਦੀ, ਪਰ ਉਹਦੇ ਵਿੱਚ ਇਹ ਕਹਿ ਲਓ ਕਿ ਗਿਣਤੀ ਹੈਗੀ ਕਾਂਗਰਸੀਆਂ ਦੀ ਵੱਡੀ। ਬਿਲਕੁਲ ਜੀ, ਭਾਰਤੀ ਜਨਤਾ ਪਾਰਟੀ ਨੇ ਦੂਸਰੀ ਮੱਲ ਮਾਰੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ 'ਚ ਜੇਕਰ ਕੋਈ ਉਮੀਦਵਾਰ ਐਲਾਨਣ 'ਚ ਮੋਹਰੀ ਰਿਹਾ ਤਾਂ ਆਮ ਆਦਮੀ ਪਾਰਟੀ ਰਹੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਇੱਕ ਉਮੀਦਵਾਰ ਚਲਾ ਵੀ ਗਿਆ, 8 ਉਮੀਦਵਾਰ ਉਹਨਾਂ ਨੇ ਐਲਾਨੇ ਸੀ 13 ਦੇ ਵਿੱਚੋਂ, ਸੋ ਜਿਹਨਾਂ 'ਚੋਂ ਸ਼ਸ਼ੀਲ ਰਿੰਕੂ ਹੋਰੀ ਭਾਜਪਾ 'ਚ ਟਿਕਟ ਲੈ ਕੇ ਵੀ ਸ਼ਾਮਲ ਹੋ ਗਏ, ਤੋਂ ਬਾਅਦ 7 ਵਜੇ ਵੈਸੇ ਉਮੀਦਵਾਰ ਹੈਗੇ ਨੇ ਸ਼ਸ਼ੀਲ ਰਿੰਕੂ ਅਜੇ ਵੀ, ਹੁਣ ਇਹ ਵੱਖਰੀ ਗੱਲ ਕਿ ਆਪ ਦੇ ਨਾਂ ਹੋ ਕੇ ਭਾਜਪਾ ਦੇ ਹੋ ਗਏ ਉਹ, ਸੋ ਇਸ ਲਈ ਉਮੀਦਵਾਰੀ ਤਾਂ ਕਾਇਮ ਹੈ, ਤੇ ਪਰ ਉਹ ਤੋਂ ਬਾਅਦ ਫਿਰ ਭਾਜਪਾ ਨੇ 6 ਉਮੀਦਵਾਰ ਐਲਾਨੇ ਜੀ। ਤੇ ਜਦੋਂ ਵਿਜੇ ਜੀ ਇਹਨਾਂ ਨੇ ਉਮੀਦਵਾਰਾਂ ਦੀ ਸੂਚੀ ਕੱਢੀ ਤੇ ਮੈਨੂੰ ਮੈਸੇਜ ਆਇਆ ਕਿ ਭਾਜਪਾ ਨੇ ਲਿਸਟ ਜਾਰੀ ਕੀਤੀ ਆ, ਤੇ ਮੈਂ ਉਹ ਲਿਸਟ ਪੜੀ, ਉੱਪਰ ਲਿਖਿਆ ਹੋਇਆ ਭਾਰਤੀ ਜਨਤਾ ਪਾਰਟੀ, ਥੱਲੇ ਨਾਂ ਪੜਾ ਕਾਂਗਰਸੀ, ਮੈਨੂੰ ਲੱਗਿਆ ਯਾਰ ਕਿ ਕਾਂਗਰਸ ਦੀ ਲਿਸਟ ਭਾਜਪਾ ਕਿਉਂ ਜਾਰੀ ਕਰੀ ਜਾਂਦੀ ਆ ਜੀ। ਪ੍ਰਨੀਤ ਕੌਰ, ਰਵਨੀਤ ਬਿੱਟੂ, ਸੁਸ਼ੀਲ ਰਿੰਕੂ, ਹੰਸ ਰਾਜ ਹੰਸ ਤੱਕ ਵੀ,
ਤੋਂ ਬਾਅਦ ਤਰਨਜੀਤ ਸੰਧੂ, ਤੇ ਫਿਰ ਅਖੀਰ ਚ ਮੈਨੂੰ ਇੱਕ ਭਾਜਪਾ ਦਾ ਵਰਕਰ ਲੱਭਿਆ, ਦਿਨੇਸ਼ ਬੱਬੂ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜਿਹੜੇ ਵਰਕਰ ਨੇ, ਸੋਚਦੇ ਹੋਣੇ ਕਿ ਮੋਦੀ ਜੀ ਤਿੰਨ ਖੇਤੀ ਕਾਨੂੰਨਾਂ ਦਾ ਸਾਨੂੰ ਪਤਾ ਸੀ ਕਿ ਉਹ ਗਲਤ ਨੇ, ਪਰ ਅਸੀਂ ਤਾਂ ਤੁਹਾਡੇ ਚੱਕਰ 'ਚ ਛਿੱਤਰ ਵੀ ਖਾਂਦੇ ਰਹੇ, ਕੱਪੜੇ ਵੀ ਫੜਾਉਂਦੇ ਰਹੇ, ਘਰ ਦੇ ਮੂਹਰੇ ਗੋਹਾ ਵੀ ਸਟਾਉਂਦੇ ਰਹੇ, ਹੈ ਨਾ, ਰੋਸ ਮੁਜ਼ਾਹਰੇ ਵੀ ਕੀਤੇ, ਪ੍ਰਦਰਸ਼ਨ ਵੀ ਆਪਣੇ ਗਲ ਪਵਾਏ, ਤੇ ਉਹ ਤੋਂ ਬਾਅਦ ਟਿਕਟਾਂ ਲੈਣ ਲਈ ਫਿਰ ਉਹੀ ਕਾਂਗਰਸੀ ਆ ਗਏ ਜਿਹੜੇ ਜਦ ਕਹਿੰਦੇ ਸੀ ਕਿ ਮੋਦੀ ਗਲਤ ਹੈ। ਇਸ ਲਈ ਅੱਜ ਭਾਜਪਾ ਦਾ ਵਰਕਰ ਪੰਜਾਬ 'ਚ ਨਿਰਾਸ਼ ਨਿਰਾਸ਼ ਹੋਣਾ, ਤੇ ਸਿਆਸਤ ਕਿਹੋ ਜਿਹੀ ਆ ਹੁਣ ਤੱਕ, ਮਤਲਬ ਦਲ ਬਦਲੂ ਲੱਗੇ ਇਹ ਪਹਿਲੂ ਬਹੁਤ ਮੰਨਿਆ ਜਾਂਦਾ ਸੀਗਾ ਕਿ ਭਾਈ ਦਲ ਤਾਂ ਬਦਲਿਆ ਕਿ ਉਹਦੀ ਪਾਰਟੀ ਟਿਕਟ ਨਹੀਂ ਦੇ ਰਹੀ, ਉਹਦੀ ਪਾਰਟੀ ਉਹਦਾ ਬਣ ਦਾ ਸਤਿਕਾਰ ਨਹੀਂ ਦੇ ਰਹੀ, ਬਣ ਦਾ ਸਥਾਨ ਨਹੀਂ ਦੇ ਰਹੀ। ਪਰ ਇੱਥੇ ਤਾਂ ਐਮਪੀ ਹੁੰਦਿਆਂ ਵੀ ਹੁਣ ਕਾਂਗਰਸ ਦਾ ਇੱਕ ਫਾਰਮੂਲਾ ਹੈ ਕਿ ਜਦੋਂ ਤੱਕ ਬੰਦਾ ਮੌਜੂਦਾ ਮੈਂਬਰ ਪਾਰਲੀਮੈਂਟ ਜਾਂ ਮੌਜੂਦਾ MLA ਹੈਗਾ ਤੇ ਉਹ ਜਿਉਂਦਾ ਹੈ ਤਾਂ ਉਹਦੀ ਟਿਕਟ ਨਹੀਂ ਕੱਟਦੀ ਕਾਂਗਰਸ, ਕਿ ਮੌਜੂਦਾ ਨੂੰ ਪਹਿਲਾਂ ਦੇਣੀ ਹੈ। ਫਿਰ ਦੂਆ ਫਾਰਮੂਲਾ ਇਹਨਾਂ ਹੁੰਦਾ ਕਿ ਜਿਹੜਾ ਹਾਰਿਆ ਹੋਵੇ ਫਿਰ ਤੀਜੀ ਵਾਰ ਨਵੇਂ ਲੱਭ ਦੇਣ, ਜੇ ਨਵੇਂ ਲੱਭੇ ਹੁੰਦੇ ਤਾਂ ਹੁਣ ਤੱਕ ਕਾਂਗਰਸ ਦੀ ਹਾਲਤ ਨਾ ਹੋਈ ਹੁੰਦੀ, ਜਦੋਂ ਪੁਰਾਣਿਆਂ ਦੇ ਕਬਜ਼ਾ ਚੱਲੀ ਗਿਆ ਤੇ ਉਹ ਪੁਰਾਣੇ ਵੀ ਹੁਣ ਭੱਜੀ ਜਾਂਦੇ ਨੇ। ਪ੍ਰਨੀਤ ਕੌਰ 4 ਵਾਰ ਦੀ ਮੈਂਬਰ ਪਾਰਲੀਮੈਂਟ ਹੈ ਜੀ ਪਟਿਆਲੇ ਤੋਂ ਕਾਂਗਰਸ ਵੱਲੋਂ ਜੀ, ਤੇ 1 ਵਾਰ ਕੇਂਦਰ ਦੇ ਵਿੱਚ ਇਹ ਵਿਦੇਸ਼ ਰਾਜ ਮੰਤਰੀ ਰਹਿ ਲਈ, ਘਰ ਵਾਲਾ 2 ਵਾਰ ਮੁੱਖ ਮੰਤਰੀ ਬਣ ਲਿਆ, 1 ਵਾਰ ਅਰੁਣ ਜੇਤਲੀ ਨੂੰ ਹਰਾ ਕੇ ਮੈਂਬਰ ਪਾਰਲੀਮੈਂਟ ਵੀ ਹਾਲ ਹੀ ਚ ਬਣੇ ਸੀ, ਉਹਦੇ ਬਾਵਜੂਦ ਵੀ ਅਗਲੇ ਕਹਿੰਦੇ ਢਿੱਡ ਨਹੀਂ ਭਰਿਆ ਜੀ, ਹੁਣ ਅਸੀਂ ਭਾਜਪਾ ਕੰਨੀ ਜਾਣਾ, ਤੇ ਭਾਜਪਾ ਕੰਨੀ ਚੱਲ ਗਏ ਤੇ ਜਾਂਦੀ ਟਿਕਟ ਮਿਲ ਗਈ। ਇਹ ਵੱਖਰੀ ਗੱਲ ਹੈ ਕਿ ਕਾਂਗਰਸ ਵੀ ਘਰ ਉਹੀ ਕੁਛ ਰਹੀ ਹੈ ਪਟਿਆਲੇ 'ਚ, ਹੁਣ ਉਹਨਾਂ ਨੇ ਅੱਜ ਧਰਮਵੀਰ ਗਾਂਧੀ ਸ਼ਾਮਿਲ ਕਰ ਲਿਆ, ਪਹਿਲਾਂ ਕਾਮਰੇਡ ਸੀ ਪਰ ਅੱਜ ਤੋਂ ਕਾਂਗਰਸੀ ਹੋ ਗਿਆ ਜੀ ਹੁਣ ਮੈਂ, ਵੈਸੇ ਮੈਂ ਜਿੱਥੇ ਆਪ ਵੱਲੋਂ ਸੀ ਪਹਿਲੀ ਵਾਰ, ਤੇ ਹੁਣ ਕਹਿੰਦੇ ਕਾਂਗਰਸ ਦੀ ਟਿਕਟ ਲੜੂਗਾ, ਮਤਲਬ ਕਾਂਗਰਸ ਨੂੰ ਵੀ ਪਟਿਆਲੇ 'ਚ ਪ੍ਰਨੀਤ ਕੌਰ ਤੋਂ ਇਲਾਵਾ ਕੋਈ ਵਰਕਰ ਨਹੀਂ ਮਿਲਿਆ, ਹੋਰ ਬਾਹਰੋਂ ਹੀ ਲਿਆਉਣਾ ਪਿਆ। ਤੇ ਦੂਸਰੇ ਤੇ ਆ ਗਏ ਜਨਾਬ ਰਵਨੀਤ ਬਿੱਟੂ ਜੀ, ਰਵਨੀਤ ਬਿੱਟੂ ਭਾਜਪਾ ਦੇ ਹੁਣ ਲੁਧਿਆਣੇ ਤੋਂ ਉਮੀਦਵਾਰ ਨੇ, 3 ਵਾਰ ਕਾਂਗਰਸ ਦੀ ਟਿਕਟ MP ਬਣ ਲਏ, ਯੂਥ ਦੇ ਪ੍ਰਧਾਨ ਰਹਿ ਲਏ, ਪਹਿਲੀ ਟਿਕਟ ਆਨੰਦਪੁਰ ਸਾਹਿਬ ਤੋਂ ਮਿਲੀ ਸੀ, 2 ਵਾਰ ਲੁਧਿਆਣੇ ਤੋਂ ਮਿਲੀ ਤੇ ਹੁਣ ਭਾਜਪਾ 'ਚ ਸ਼ਾਮਲ ਨੇ। ਤੀਜੇ ਸੁਸ਼ੀਲ ਰਿੰਕੂ, 2-3 ਘਰ ਘੁੰਮੇ ਆਏ ਹੰਸ ਰਾਜ ਵਾਂਗ, ਪਹਿਲਾਂ ਕਾਂਗਰਸ ਵੱਲੋਂ MLA ਦੀ ਚੋਣ ਲੜੀ, ਸ਼ੀਤਲ ਉਗਰਾਲ ਦੇ ਸਾਹਮਣੇ ਹਾਰ ਗਏ, ਫਿਰ ਜਿਮਨੀ ਚੋਣ ਲੜੀ ਆਮ ਆਦਮੀ ਪਾਰਟੀ 'ਚੋਂ ਜਿੱਤ ਗਏ, ਤੇ 3 ਵਾਰ ਟਿਕਟ ਮਿਲ ਗਈ। ਟਿਕਟ ਮਿਲਣ ਤੇ ਵੀ ਭਗਵੰਤ ਮਾਨ ਮੋਢੇ ਤੇ ਹੱਥ ਰੱਖ ਕੇ ਪੁੱਛਦੇ ਨੇ ਕਿ ਯਾਰ ਕੀ ਕਰੀ ਜਾਣਾ, ਤਾਂ ਰੌਲਾ ਪਈ ਜਾਂਦਾ, ਨਹੀਂ ਜੀ ਕਿਤੇ ਨਹੀਂ ਚੱਲਿਆ, ਪਰ ਜਾਂ ਤਾਂ ਕਾਂਗਰਸ ਨਾਲ ਗੱਠਜੋੜ ਕਰ ਲਓ, ਨਹੀਂ ਫਿਰ ਫੰਡ ਫੁੰਡ ਤਾਂ ਦਓ ਜੀ, 3 ਸਾਲਾਂ 'ਚ 3 ਚੋਣਾਂ ਆ ਗਈਆਂ ਕਹਿੰਦਾ ਮੇਰੀਆਂ ਤਾਂ, ਤੇ ਹੁਣ ਪਤਾ ਨਹੀਂ ਭਾਈ ਭਾਜਪਾ ਨੇ ਫੰਡ ਦੇ ਤਾ ਹੈ ਜਾਂ ਗੱਠਜੋੜ ਕਰ ਲਿਆ ਕਾਂਗਰਸ ਨਾਲ, ਸੁਸ਼ੀਲ ਸਿੰਘ ਉੱਧਰ ਚਲਾ ਗਿਆ ਜੀ। ਤੇ ਉਸ ਤੋਂ ਬਾਅਦ ਚੌਥਾ ਆ ਗਿਆ ਜੀ ਹੰਸ ਰਾਜ ਹੰਸ। ਹੁਣ ਹੰਸ ਰਾਜ ਹੰਸ ਕਿਸੇ ਸਮੇਂ ਅਕਾਲੀਆਂ ਦੀ ਟਿਕਟ ਤੇ ਚੋਣ ਲੜ ਕੇ ਹਾਰ ਚੁੱਕਿਆ, ਕਾਂਗਰਸ ਦੀ ਸਟੇਜ ਤੋਂ ਛਾਲ ਮਾਰ ਕੇ ਭੱਜ ਚੁੱਕਿਆ, ਤੇ ਦਿੱਲੀ 'ਚ ਜਾ ਕੇ ਗੱਲ ਬਣੀ ਤੇ ਦਿੱਲੀ 'ਚ MP ਬਣ ਕੇ ਆ ਗਿਆ ਤੇ ਵਾਪਸ ਆ ਗਿਆ, ਆਉਣ ਤੱਕ ਸੁਸ਼ੀਲ ਰਿੰਕੂ ਚਲਾ ਗਿਆ ਸੀ ਤੇ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗੁਪਤ ਬੈਠਕ ਕਰ ਲਈ, ਰੋਲਾ ਜੀ ਕਿ ਹੰਸ ਰਾਜ ਨਾਲ ਸੈਟਿੰਗ ਕਰਨੀ ਸੀ ਕਿ ਜਲੰਧਰ ਤੋਂ ਤੈਨੂੰ ਉਤਾਰ ਦਿਆਂਗੇ, ਭਾਜਪਾ ਕਹਿੰਦੀ ਨਾ ਆਪਾਂ ਫੋਟੋਆਂ ਜਾਰੀ ਕਰਦੇ ਹਾਂ ਪਰਨਿਆਂ ਪਾਉਣ ਵਾਲੀਆਂ, ਆਪਣੇ ਬੰਦੇ ਦੀ ਅਜੇ ਫੋਟੋ ਨਹੀਂ ਜਾਰੀ ਹੋਣੀ ਚਾਹੀਦੀ, ਇਸ ਲਈ ਇਹਨੂੰ ਕਹਿੰਦੇ ਭੇਜ ਦਿਓ ਫਰੀਦਕੋਟ ਜੀ। ਹੁਣ ਫਰੀਦਕੋਟ ਹੰਸ ਰਾਜ ਤੇ ਕਰਮਜੀਤ ਅਨਮੋਲ ਅੰਮੋ ਸਾਹਮਣੇ ਹੋ ਗਏ, ਤੇ ਉਧਰੋਂ ਕਹਿੰਦੇ ਮੁਹੰਮਦ ਸਦੀਕ ਫਿਰ ਲਾਈਨ 'ਚ ਖੜੇ ਨੇ, ਫਿਰ ਤਾਂ ਖਾੜੀ ਲੱਗਣਗੇ ਜਨਾਬ ਉੱਥੇ। ਹੁਣ ਤੁਹਾਡਾ ਤੁਸੀਂ ਕਹਿੰਦੇ ਸੀਗੇ ਕਿ ਮਸਲਿਆਂ ਦੀ ਗੱਲ ਕਿੱਥੇ ਹੋਊਗੀ, ਫਿਰ ਹਿਸਾਬ ਲਾ ਲਓ। ਚਲੋ ਹੰਸ ਰਾਜ ਨੂੰ ਵੀ 1 ਵਾਰ MP ਰਹਿ ਲਈ ਵੀ ਭਾਜਪਾ ਵੱਲੋਂ। ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਹੋਰੀ, ਬੇਸ਼ੱਕ ਵੱਡਾ ਨਾਮ ਨੇ, ਅਮਰੀਕਾ ਦੇ ਵਿੱਚ ਰਾਜਦੂਤ ਰਹੇ ਨੇ ਔਰ ਤੇਜਾ ਸਿੰਘ ਸਮੁੰਦਰੀ ਹੋਰਾਂ ਦੇ ਪੰਥਕ ਪਰਿਵਾਰ ਚੋਂ ਆਉਂਦੇ ਨੇ ਜੀ, ਪਰ ਅੱਜ ਕੱਲ ਜੈਸ਼ੰਕਰ ਨਾਲ ਔਰ ਮੋਦੀ ਹੋਰਾਂ ਨਾਲ ਜਿੰਦਾ ਦੀ ਨੇੜਤਾ ਸੀ, ਉਹਦਾ ਨੇੜਤਾ ਦਾ ਨਤੀਜਾ ਕਿ ਉਹ BJP ਸ਼ਾਮਲ ਹੋਏ ਤੇ ਸ਼ਾਮਲ ਹੁੰਦੇ ਟਿਕਟ ਮਿਲ ਗਈ। ਸੋ ਪ੍ਰਨੀਤ ਕੌਰ, ਰਵਨੀਤ ਬਿੱਟੂ, ਸ਼ੀਲ ਰਿੰਕੂ, ਹੰਸ ਰਾਜ ਹੰਸ ਤੇ ਤਰਨਜੀਤ ਸੰਧੂ ਤੱਕ ਮੈਨੂੰ ਦੱਸ ਦਿਓ ਜੀ ਕਿ ਭਾਜਪਾ ਦਾ ਟਕਸਾਲੀ ਭਾਜਪਾ ਹੀ ਕਿਹੜਾ ਇਹਨਾਂ ਚੋਂ, ਤੇ ਫਿਰ ਇਹ ਕਾਂਗਰਸ ਦੀ ਲਿਸਟ ਜਾਂ ਦਲ ਬਦਲੂਆਂ ਦੀ ਲਿਸਟ ਨਹੀਂ ਤਾਂ ਹੋਰ ਕੀ ਆ। ਅਖੀਰ 'ਚ ਦਿਨੇਸ਼ ਬੱਬੂ ਨੂੰ ਮਿਲੀ ਆ, ਤੇ ਮਿਲੀ ਵੀ ਉੱਥੋਂ ਜਿੱਥੋਂ ਕਦੇ ਵਿਨੋਦ ਖੰਨਾ ਜਿੱਤਦਾ ਸੀ, ਕਦੇ ਸੰਨੀ ਦਿਓਲ ਜਿੱਤਦਾ ਸੀ,
ਪ੍ਰਤਾਪ ਬਾਜਵਾ ਵੀ ਇੱਥੋਂ ਜਿੱਤਿਆ ਵੈਸੇ, ਜੀ ਸੋ ਇਸ ਲਈ ਹੁਣ ਉਹਦੇ ਲਈ ਵੀ ਫਸਵਾਂ ਮੁਕਾਬਲਾ। ਸੋ ਭਾਜਪਾ ਦੇ ਅੰਦਰ, ਭਾਜਪਾ ਦੇ ਵਰਕਰਾਂ 'ਚ ਨਿਰਾਸ਼ਾ ਨਿਰਾਸ਼ਾ ਹੈਗੀ ਹੈ ਜੀ, ਪਰ ਉਹ ਹੁਣ ਅਜੇ ਬੋਲ ਨਹੀਂ ਸਕਦੇ, ਹੋ ਸਕਦਾ ਕਿਤੇ ਰਿਐਕਟ ਕਰ ਦੇਣ। ਹਿਮਾਚਲ 'ਚ ਤਾਂ ਇੱਕ ਦੋ ਭਾਜਪਾਈਆਂ ਨੇ ਰਿਐਕਟ ਕਰਤਾ, ਜੀ ਹੋ ਸਕਦਾ ਇੱਥੇ ਵੀ ਹੋ ਜਾਵੇ, ਪਰ ਇਸ ਲਿਸਟ ਤੋਂ ਬਾਅਦ ਚਰਚਾ ਖਾਸੀ ਚੱਲੀ ਹੈ, ਖਾਸ ਕਰ ਦਲ ਬਦਲੂ ਵਾਲੇ ਪਹਿਲੂ ਤੇ, ਕਿਉਂਕਿ ਆਮ ਆਦਮੀ ਪਾਰਟੀ ਇਹ ਸਵਾਲ ਖੜਾ ਕਰ ਰਹੀ ਸੀ ਸ਼ੀਰ ਰਿੰਕੂ ਤੇ ਸ਼ੀਤਨ ਉਗਰਾਲ ਤੋਂ ਬਾਅਦ ਜੀ, ਕਿ ਜੀ ਲੋਟ ਮਿਸ਼ਨ ਲੋਟਸ ਚੱਲ ਰਿਹਾ, ਸਾਡੇ ਲੀਡਰਾਂ ਨੂੰ 25-25 ਕਰੋੜ 'ਚ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ, ਤੇ 3 MLA ਨੇ ਪ੍ਰੈਸ ਕਾਨਫਰੰਸ ਵੀ ਕਰਤੀ ਸੀ ਜੀ, ਤੇ ਜਾਖੜ ਸਾਹਿਬ ਕਹਿੰਦੇ 5000 ਵਾਲਾ ਮਾਲ ਹੈ ਜੀ, ਅਸੀਂ 25 ਕਰੋੜ 'ਚ ਕਿਉਂ ਖਰੀਦਾਂਗੇ, ਕਿਉਂਕਿ ਜਿਹੜੇ 2 MLA ਸੀ ਉਹ ਕਿਸੇ ਸਮੇਂ ਯੂਥ ਕਾਂਗਰਸ ਦੇ ਪ੍ਰਧਾਨ, ਯੂਥ ਕਾਂਗਰਸ ਦੇ ਲੀਡਰ ਰਹੇ ਨੇ ਜੀ ਜੀ ਜੀ, ਤੇ ਕਹਿੰਦੇ ਕਿ ਉਹਨਾਂ ਦੇ ਉੱਪਰ 5000 ਦੇ ਕੋਈ ਮਾਮਲੇ ਚੱਲਦੇ ਆ। ਪਰ ਇਹਦੇ ਨਾਲ ਇੱਕ ਵੱਡਾ ਸਵਾਲ ਖੜਾ ਹੈ, ਬੀਜੇਪੀ ਇਸ ਗੱਲ ਤੇ ਮੰਨੀ ਜਾਂਦੀ ਹੈ ਕਿ ਉਹ ਚਮੜੀ ਲਈ ਜਾਂ ਦਮੜੀ ਲਈ ਕੁਛ ਵੀ ਕਰ ਸਕਦੀ ਹੈ। ਹੁਣ ਜਿਹੜੇ ਲੀਡਰ ਸ਼ਾਮਲ ਹੁੰਦੇ ਨੇ ਬੀਜੇਪੀ, ਜਾਂ ਤਾਂ ਚਮੜੀ ਬਚਾਉਣ ਲਈ ਹੁੰਦੇ ਨੇ ਜਾਂ ਦਮੜੀ ਇਕੱਠੀ ਕਰਨ ਲਈ ਹੁੰਦੇ ਨੇ ਕਹਿੰਦੇ, ਜਾਂ ਕੁਰਸੀ ਲੈਣ ਲਈ, ਅਹੁਦਾ ਲੈਣ ਲਈ, ਜਾਂ ਆਪਣੀ ਕੁਰਸੀ ਬਚਾਉਣ ਲਈ। ਸੋ ਇਸ ਲਈ ਬਿਨਾਂ ਸੌਦੇ ਤੋਂ ਕੋਈ ਨਹੀਂ ਜਾਂਦਾ, ਕਹਿਣਗੇ ਹੀ ਕਿ ਅਸੀਂ ਤਾਂ ਜੀ ਵਰਕਰ ਬਣ ਕੇ ਆਏ ਹਾਂ, ਜੋ ਪਾਰਟੀ ਸੇਵਾ ਲਊਗੀ, ਪਰ ਸੇਵਾ ਪਹਿਲਾਂ ਤੈਅ ਕੀਤੀ ਹੁੰਦੀ ਹੈ ਕਿ ਕਿਹੜੀ ਲਾਉਣੀ ਹੈ। ਸੋ ਇਸ ਲਈ ਪਰ ਆਮ ਆਦਮੀ ਪਾਰਟੀ ਕਹਿੰਦੀ ਕਿ 25 ਕਰੋੜ 'ਚ ਸੌਦਾ ਹੋ ਰਿਹਾ, 45 ਕਰੋੜ ਤੱਕ ਜਾ ਰਿਹਾ। ਤੇ ਇੱਧਰ ਕੁਝ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਢਲੇ ਵਰਕਰ ਰਹੇ ਨੇ ਕਿਸੇ ਸਮੇਂ, ਅੱਜ ਅੱਡ ਨੇ ਜੀ, ਪਾਰਟੀ ਨੂੰ ਪੁੱਛੀ ਜਾਂਦੇ ਆ, ਤੁਹਾਡੇ MLA MPਾਂ ਨੂੰ 25-25 ਕਰੋੜ 'ਚ ਖਰੀਦਿਆ ਜਾ ਰਿਹਾ, ਤਾਂ ਤੁਸੀਂ ਦੱਸੋ GP ਨੂੰ ਕਿੰਨੇ 'ਚ ਖਰੀਦ ਕੇ ਲਿਆਏ ਹੋ, ਤੁਸੀਂ ਦੱਸੋ ਰਾਜਕੁਮਾਰ ਚੱਬੇਵਾਲ ਨੂੰ ਕਿੰਨੇ ਕਰੋੜ 'ਚ ਖਰੀਦ ਕੇ ਲਿਆਏ ਹੋ, ਤੁਸੀਂ ਸੁਸ਼ੀਲ ਰਿੰਕੂ ਨੂੰ ਤੇ ਸ਼ੀਤਨ ਉਗਰਾਲ ਨੂੰ ਜਦੋਂ ਲਿਆਏ ਸੀ ਜਦ ਕਿੰਨੇ 'ਚ ਖਰੀਦ ਕੇ ਲਿਆਏ ਸੀ, ਫਿਰ ਤੁਸੀਂ ਤਾਂ ਕੋਈ ਸੌਦਾ ਕਰਕੇ ਆਏ ਹੋਣੇ ਨਾ। ਸੋ ਇਸ ਲਈ ਇਸ ਵਾਰ ਪੰਜਾਬ 'ਚ ਇੱਕ ਨਵੀਂ ਚਰਚਾ ਚੱਲੀ ਹੈ ਜੀ, ਔਰ ਇਹ ਚੱਲੀ ਹੈ ਕਿ ਜਿਹਨੂੰ ਮਰਜ਼ੀ ਜਿਤਾਓ, ਜਿਹਨੂੰ ਮਰਜ਼ੀ ਵੋਟ ਪਾਓ, ਪਰ ਐਕਟੀ ਦਲ ਬਦਲੂਆਂ ਦਾ ਰਾਹ ਰੋਕੋ, ਇਹਨਾਂ ਦਾ ਬੰਦ ਕਰੋ, ਚਾਹੇ ਜਿਹੜੀ ਮਰਜ਼ੀ ਪਾਰਟੀ ਚੋਂ ਆ ਰਹੇ ਹੋਣ, ਜਿਹੜੀ ਮਰਜ਼ੀ ਪਾਰਟੀ ਜਾ ਰਹੇ ਹੋਣ, ਦਲ ਬਦਲੂਆਂ ਸਬਕ ਸਿਖਾਓ, ਇਹ ਚਰਚਾ ਤੁਰ ਪਈ ਹੈ ਪੰਜਾਬ 'ਚ। ਦੀਪਕ ਜੀ, ਜਿਵੇਂ ਤੁਸੀਂ ਦੱਸਿਆ ਨਾ ਵੀ ਘਾਟ ਘਾਟ ਦਾ ਪਾਣੀ ਪੀ ਕੇ ਵੱਖੋ ਵੱਖਰੀਆਂ ਪਾਰਟੀਆਂ ਨੂੰ ਛੱਡ ਕੇ ਕੋਈ ਕਿਸੇ ਪਾਰਟੀ 'ਚ ਕੋਈ ਕਿੱਥੋਂ ਕਿਵੇਂ ਨਿਕਲ ਕੇ ਕਿੱਥੇ ਆਇਆ, ਇਹ ਐਂ ਲੱਗਦਾ ਵੀ ਜਿਵੇਂ ਸਿਆਸੀ ਉਮੀਦਵਾਰ ਘੱਟ ਹੋਣ, IPL ਦੇ ਖਿਡਾਰੀ ਹੋਣ, ਜਿਵੇਂ ਵੀ ਕੋਈ ਕਿੰਨੇ ਕਰੋੜ ਦੇ ਵਿੱਚ ਖਰੀਦਿਆ ਗਿਆ, ਵੀ ਪਹਿਲਾਂ ਪਿਛਲੇ ਸਾਲ ਫਲਾਨੀ ਟੀਮ ਸੀਗਾ, ਐਤਕੀ ਫਲਾਨੀ ਟੀਮ 'ਚੋਂ ਖੇਡਦਾ, ਸੋ ਇਹ ਹਿਸਾਬ ਦਾ ਹੋਇਆ ਪਿਆ। ਇਹੀ ਹਿਸਾਬ ਹੈ, ਬਿਲਕੁਲ ਇਹੀ ਹਿਸਾਬ ਹੈ। ਇਹ ਖਿਲਾੜੀਆਂ ਦਾ ਤਾਂ ਫਿਰ ਵੀ ਦੀਨਮਾਨ ਹੁੰਦਾ, ਇਹਨਾਂ ਦਾ ਦੀਨਮਾਨ ਵੀ ਨਹੀਂ ਹੈ ਕੋਈ।